ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ। ਅਤੇ ਦੋਸਤੋ, ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਸਾਡੇ ਕਬੱਡੀ ਦਾ ਅਗਲਾ ਸੈਗਮੈਂਟ ਲੈ ਕੇ। ਸੋ ਇਸ ਕਬੱਡੀ ਵਾਲਾ ਜਿਹੜਾ ਪ੍ਰੋਗਰਾਮ ਆਪਾਂ ਸ਼ੁਰੂ ਕੀਤਾ ਵਾ, ਇਹਦੇ ਵਿੱਚ ਸਾਡੇ ਅਗਲੇ ਸਟਾਰ ਪਲੇਅਰ, ਜਿਨ੍ਹਾਂ ਨੂੰ ਤੁਸੀਂ ਵੇਂਦੇ ਸਮਝ ਜਾਂਦੇ ਹੋ, ਜਿਨ੍ਹਾਂ ਨੂੰ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਆਸਟ੍ਰੇਲੀਆ ਦੇ ਮੈਦਾਨਾਂ ਦੇ ਵਿੱਚ ਵੇਖ ਰਹੇ ਹੋ ਕਿ ਇਹ ਉਹ ਵਾਲਾ ਰੇਡਰ ਜਿਹਨੂੰ ਕੋਈ ਹੱਥ ਵੀ ਨਹੀਂ ਲਾਉਂਦਾ, ਫੜਿਆ ਜਾਣਾ ਤਾਂ ਬੜੀ ਦੂਰ ਦੀ ਗੱਲ ਆ। ਸੋ ਉਹ ਵਾਲਾ ਇਸ ਟਾਈਮ ਦੇ ਉੱਤੇ ਪਲੇਅਰ ਸਾਡੇ ਕੋਲ ਮੈਦਾਨ ਸਟੂਡੀਓ ਦੇ ਵਿੱਚ ਮੌਜੂਦ, ਹਰਪ੍ਰੀਤ ਸਿੰਘ ਸਿੱਧੂ। ਹੁਣ ਤੁਸੀਂ ਇਹ ਸੋਚਦੇ ਹੋਗੇ ਕਿ ਹਰਪ੍ਰੀਤ ਸਿੰਘ ਸਿੱਧੂ, ਇਹ ਨਾਂ ਤਾਂ ਆਪਾਂ ਕਦੀ ਸੁਣਿਆ ਹੀ ਨਹੀਂ, ਅਤੇ ਹੁਣ ਫਿਰ ਤੁਹਾਨੂੰ ਮੈਦਾਨਾਂ ਵਾਲਾ ਨਾਂ ਦੱਸਦੇ। ਇਹਨਾਂ ਦਾ ਜਿਹੜਾ ਗਰਾਊਂਡਾਂ ਵਾਲਾ ਨਾਂ ਆ ਉਹ ਹੈ ਜੀ ਸੋਨੀ ਕੌਂਕੇ। ਸੋ ਸੋਨੀ ਕੌਂਕੇ ਵਾਲਾ ਅਕਸਰ ਹੀ ਕਬੱਡੀ ਦੇ ਮੈਦਾਨਾਂ ਦੇ ਵਿੱਚ ਇਹ ਨਾਂ ਗੂੰਜਦਾ ਤੁਹਾਨੂੰ ਨਜ਼ਰ ਆਉਂਦਾ ਹੋਊਗਾ। ਸਿੰਘ ਸਭਾ ਸਪੋਰਟਸ ਕਲੱਬ ਦੇ ਜਿਹੜੀ ਟੀਮ ਆ ਉਹਦੇ ਕੈਪਟਨ ਵੀ ਨੇ ਇਹ, ਅਤੇ ਕਿਆ ਸ਼ਾਨਦਾਰ ਆਸਟ੍ਰੇਲੀਆ ਦੇ ਇਹ ਰੇਡਰ ਵੀ ਨੇ। ਬਹੁਤ ਦੂਰੋਂ ਦੂਰੋਂ ਲੋਕ ਸਿਰਫ ਇਹਨਾਂ ਦੀ ਗੇਮ ਵੇਖਣ ਦੇ ਲਈ ਪਹੁੰਚਦੇ। ਸੋ ਇਸ ਟਾਈਮ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ, ਗੱਲਬਾਤ ਇਹਨਾਂ ਦੇ ਨਾਲ ਆਪਾਂ ਸ਼ੁਰੂ ਕਰਦੇ ਹਾਂ। ਤੁਹਾਡੇ ਕੋਲ ਵੀ ਕੋਈ ਸਵਾਲ ਹੋਵੇ ਇਹਨਾਂ ਦੇ ਲਈ ਤਾਂ ਉਹ ਤੁਸੀਂ ਸਾਨੂੰ ਭੇਜ ਸਕਦੇ ਜੇ। ਇੱਕ ਬਿਲਕੁਲ ਹੀ ਠਰਮੇ ਵਾਲਾ ਪਲੇਅਰ ਜਿਹਦੇ ਵਿੱਚ ਪੇਸ਼ੈਂਸ ਕੁੱਟ ਕੁੱਟ ਕੇ ਕਹਿੰਦੇ ਭਰਿਆ ਵਾ, ਖਾਸ ਤੌਰ ਦੇ ਉੱਤੇ ਮੈਦਾਨ ਦੇ ਵਿੱਚ ਬਿਲਕੁਲ ਹੀ ਕਾਲਾ ਨਾ ਪੈਣ ਵਾਲਾ ਪਲੇਅਰ, ਉਹਦੇ ਨਾਲ ਗੱਲਬਾਤ ਆਪਾਂ ਕਰਨ ਜਾ ਰਹੇ ਹਾਂ। ਸੋ ਸੋਨੀ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫਸਟ ਆਫ ਆਲ ਸਾਡੇ ਨਿਯੁਕਤੀ ਨੂੰ ਕਬੂਲ ਕਰਨ ਦੇ ਲਈ। ਰੇਡੀਓ ਹਾਂਜੀ ਦੇ ਸਟੂਡੀਓ 'ਚ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਰਣਜੋਤ ਭਾਅ ਜੀ, ਨਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ ਅਤੇ ਸਾਡੇ ਸਾਰੇ ਸਰੋਤਿਆਂ ਦੇ ਬਿਹਾਫ ਦੇ ਉੱਤੇ ਤੁਹਾਨੂੰ ਵੀ। ਸੋ ਸਭ ਤੋਂ ਪਹਿਲਾਂ ਤਾਂ ਸੋਨੀ ਜੀ ਆਪਾਂ ਤੁਹਾਡੇ ਪਿਛੋਕੜ ਤੋਂ ਸ਼ੁਰੂ ਕਰਦੇ ਹਾਂ। ਜ਼ਿਲ੍ਹਾ ਤੁਹਾਡਾ ਲੁਧਿਆਣਾ ਵਾ, ਇੰਨਾ ਕੁ ਤਾਂ ਮੈਂ ਮੈਦਾਨਾਂ ਦੇ ਵਿੱਚ ਅਕਸਰ ਹੀ ਸੁਣਦਾ ਵਾਂ, ਅਤੇ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਤੁਸੀਂ ਸਾਂਝੀਆਂ ਕਰੋ ਕਿ ਕਿਹੜੀ ਤਹਿਸੀਲ ਆ, ਕਿਹੜਾ ਉਹ ਪਿੰਡ ਆ, ਅਤੇ ਕਿਹੜਾ ਉਹ ਪਰਿਵਾਰ ਆ ਜਿੱਥੇ ਜਨਮ ਲਿਆ ਸੋਨੀ ਕੌਂਕੇ ਨੇ। ਹਾਂਜੀ, ਮੇਰਾ ਪਿੰਡ ਹੈਗਾ ਜੀ ਗੁਰੂਸਰ ਕੌਂਕੇ ਜੀ। ਹਾਂਜੀ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ ਜੀ, ਅਤੇ ਇਹ ਆਪਣੇ ਜੀ ਨਾਨਕਸਰ 68 ਉਹਦੇ ਕੋਲ ਹੀ ਆਪਣਾ ਪਿੰਡ ਪੈਂਦਾ ਜੀ। ਜੀ ਹਾਂਜੀ, ਅਤੇ ਪਰਿਵਾਰ ਦੇ ਬਾਰੇ ਜੇ ਮੈਂ ਪੁੱਛਾਂ ਤਾਂ ਕੌਣ ਕੌਣ ਆ ਪਰਿਵਾਰ ਦੇ ਵਿੱਚ? ਹਾਂਜੀ, ਪਰਿਵਾਰ ਦੇ ਵਿੱਚ ਜੀ ਆਪਣੀ ਜੁਆਇੰਟ ਫੈਮਿਲੀ ਹੈ ਜੀ। ਮੇਰੇ ਪਾਪਾ ਜੀ ਹੁਣੀ ਤਿੰਨ ਭਰਾ ਵਾ ਜਿੱਦਾਂ ਜੀ, ਅਤੇ ਅਸੀਂ ਇਕੱਠੇ ਰਹਿੰਦੇ ਹਾਂ ਜੀ ਇੱਕ ਘਰ 'ਚ ਹੀ। ਜੀ, ਅਤੇ ਆਪਣੇ ਮੇਰੇ ਪਿਤਾ ਜੀ ਦਾ ਨਾਂ ਸਰਦਾਰ ਮੁਖਤਿਆਰ ਸਿੰਘ, ਮਾਤਾ ਦਾ ਨਾਂ ਹਰਜਿੰਦਰ ਕੌਰ, ਅਤੇ ਬਾਕੀ ਮੇਰੇ ਵੱਡੇ ਪਾਪਾ ਜੀ ਜਿੱਦਾਂ ਤਾਇਆ ਜੀ, ਉਹਨਾਂ ਨੂੰ ਵੱਡੇ ਪਾਪਾ ਜੀ ਕਹਿੰਦੇ ਹਾਂ ਜੀ, ਅਵਤਾਰ ਸਿੰਘ ਪ੍ਰਧਾਨ, ਚਾਚਾ ਜੀ ਗੁਲਜ਼ਾਰ ਸਿੰਘ, ਅਤੇ ਮੇਰੇ ਬ੍ਰਦਰ ਹੁਣੀ ਵੱਡੇ, ਜਿੱਦਾਂ ਅਸੀਂ ਵੀ ਤਿੰਨਾਂ ਦੇ 6 ਜਵਾਕ ਬੱਚੇ ਹਾਂ ਜਿੱਦਾਂ ਜੀ ਜੀ ਲਾ ਲਓ, ਅਤੇ ਸਾਰੇ ਇਕੱਠੇ ਹੀ ਰਹਿ ਰਹੇ ਹਾਂ ਵਧੀਆ, ਅਤੇ ਸਾਰਿਆਂ ਦੀ ਫੁੱਲ ਸਪੋਰਟ ਸੀ ਜੀ ਆਪਣੇ ਨਾਲ। ਸੋ ਭਲਵਾਨ ਜੀ, ਬਹੁਤੇ ਜਿੱਦਾਂ ਮੈਂ ਹੁਣ ਕਾਫੀ ਸਾਰੇ ਪਲੇਅਰ ਦੇ ਨਾਲ ਗੱਲਬਾਤ ਕਰਦਾ, ਖਾਸ ਤੌਰ ਦੇ ਉੱਤੇ ਰੈਸਲਿੰਗ ਵਾਲੇ ਜਾਂ ਕਬੱਡੀ ਵਾਲੇ ਜਿਹੜੇ ਭਲਵਾਨ ਹੁੰਦੇ ਆ, ਉਹ ਪਿੱਛੋਂ ਬਹੁਤਿਆਂ ਦਾ ਪਿਛੋਕੜ ਜਿਹੜਾ ਉਹ ਜੁਆਇੰਟ ਫੈਮਿਲੀ ਵਾਲਾ ਹੀ ਆ, ਕੋਈ ਖਾਸ ਰੀਜ਼ਨ ਉਹਦਾ? ਬਸ ਜੀ ਉੱਦਾਂ ਹੀ ਹੁੰਦਾ ਜਿਵੇਂ ਘਰ 'ਚ ਸ਼ੌਂਕ ਹੁੰਦਾ ਜੁਆਇੰਟ ਫੈਮਿਲੀ 'ਚ, ਸਾਰੇ ਪਰਿਵਾਰ ਨੂੰ ਹੁੰਦਾ ਵੀ ਸਾਡਾ ਨਿਆਣਾ ਇੱਕ ਤਕੜਾ ਹੋਵੇ, ਵੀ ਖੇਡੇ ਵਧੀਆ ਹੋਵੇ, ਹੈ ਨਾ। ਜਦੋਂ ਮੈਂ ਵੀ ਖੇਡਣਾ ਸ਼ੁਰੂ ਕੀਤਾ ਪਹਿਲਾਂ ਤਾਂ ਲੱਗਣਾ ਵੀ ਬਹੁਤ ਹਾਰਡ ਆ, ਹੈ ਨਾ। ਫਿਰ ਜਿੱਦਾਂ ਮੈਨੂੰ ਘਰਦਿਆਂ ਨੇ ਕਹਿਣਾ ਵੀ ਕੋਈ ਚੱਕਰ ਨਹੀਂ, ਖੇਡ ਜੇ ਖੇਡੀ ਜਾਊ, ਨਹੀਂ ਖੇਡੀ ਜਾਊ ਤਾਂ ਕੋਈ ਚੱਕਰ ਨਹੀਂ, ਐਡੀ ਕਿਹੜੀ ਗੱਲ ਵੀ ਐਡੀ ਕਿਹੜੀ ਗੱਲ ਆ ਵੀ ਖਾ ਤੂੰ ਵਧੀਆ ਹੋ, ਨਹੀਂ ਤਾਂ ਪਿੰਡ 'ਚ ਤਾਂ ਵਧੀਆ ਹੋਵੇਗਾ ਨਾ, ਵੀ ਦੇਖਣ ਨੂੰ ਤਾਂ ਵਧੀਆ ਹੁੰਦਾ ਵੀ ਜਵਾਕ ਸਾਡਾ ਤਕੜਾ ਵਾ, ਹੈ ਨਾ ਜੀ, ਅਤੇ ਵੀ ਨਹੀਂ ਵੀ ਖੇਡ ਹੋਊ, ਅਤੇ ਫਿਰ ਪਰ ਆਪਾਂ ਫਿਰ ਵੀ ਜਿੱਦਾਂ ਵਧੀਆ ਪਰਮਾਤਮਾ ਨੇ ਸਾਥ ਦਿੱਤਾ ਜੀ ਆਪਣਾ ਜੀ। ਸੋ ਕਈ ਵਾਰੀ ਇੱਦਾਂ ਵੀ ਮੈਨੂੰ ਲੱਗਦਾ ਵੀ ਜਿਹੜੇ ਜੁਆਇੰਟ ਫੈਮਿਲੀ ਦੇ ਵਿੱਚ ਬੱਚਾ ਤਾਂ ਕਰਕੇ ਵੀ ਖੇਡ ਜਾਂਦਾ ਵੀ ਉਹਨੂੰ ਸਪੋਰਟ ਸਾਰੇ ਜੀਆਂ ਦੀ ਹੁੰਦੀ ਆ, ਅਤੇ ਦੂਜੇ ਪਾਸਿਓਂ ਜਿਹੜੇ ਇਕੱਲੇ ਇਕੱਲੇ ਪਰਿਵਾਰ ਦੇ ਵਿੱਚ ਜੀ ਨੇ, ਜਿਹੜੇ ਇਕੱਲੇ ਇਕੱਲੇ ਰਹਿ ਰਹੇ, ਉਹਨਾਂ ਨੂੰ ਇਹ ਹੁੰਦਾ ਵੀ ਬੱਚੇ ਨੂੰ ਸੱਟ ਪੇਟ ਨਾ ਲੱਗ ਜੇ, ਉਹ ਜ਼ਿਆਦਾ ਮਤਲਬ ਲਾਡੂ ਜੇ ਫਿਰ ਗਿੱਝ ਜਾਂਦੇ ਆ। ਹਾਂਜੀ, ਇਹ ਵੀ ਹੈਗਾ ਜੀ, ਜਿੱਦਾਂ ਆਪਾਂ ਨੂੰ ਜਿਵੇਂ ਹੋਰ ਘਰੇ ਫਿਰ ਜੁਆਇੰਟ ਫੈਮਿਲੀ ਆ, ਕੋਈ ਕੰਮ ਕਾਰ ਨੂੰ ਨਹੀਂ ਕਹਿੰਦਾ, ਅਗਲਾ ਕਹਿੰਦਾ ਪ੍ਰੈਕਟਿਸ ਕਰਨ ਜਾਣਾ, ਕੋਈ ਨਹੀਂ ਜਾਓ, ਸੁਬਾਹ ਵੀ ਪ੍ਰੈਕਟਿਸ ਕਰਨ ਜਾਣੀ, ਸ਼ਾਮ ਨੂੰ ਵੀ ਜਾਣਾ, ਵੱਧ ਤੋਂ ਵੱਧ ਟਾਈਮ ਬੰਦੇ ਕੋਲ ਵਾਧੂ ਹੁੰਦਾ ਜੀ, ਵੀ ਜਿਹੜੇ ਦੂਜੇ ਆਪਣੇ ਹੁੰਦੇ ਨਾਲ ਜੁਆਇੰਟ ਫੈਮਿਲੀ 'ਚ ਵੱਧ ਮੈਂਬਰ ਹੁੰਦੇ ਆ, ਉਹ ਆਪਾਂ ਨੂੰ ਕਹਿੰਦੇ ਨਹੀਂ, ਆਪਾਂ ਨੂੰ ਵੱਧ ਟਾਈਮ ਪ੍ਰੈਕਟਿਸ ਕਰਨ ਨੂੰ ਮਿਲ ਜਾਂਦਾ ਜੀ। ਜੀ, ਸੋ ਇਹ ਫਾਇਦਾ ਰਹਿ ਜਾਂਦਾ ਜੁਆਇੰਟ ਫੈਮਿਲੀਆਂ ਦਾ। ਬਹੁਤ ਸਾਰੇ ਇੱਦਾਂ ਦੇ ਫਾਇਦੇ ਨੇ ਹੋਰ ਵੀ, ਉਹ ਚਲੋ ਫਿਰ ਕਿਸੇ ਦਿਨ ਤੁਹਾਡੇ ਨਾਲ ਲੱਗਣਾ ਵਾਂਗੇ, ਐਵੇਂ ਨਹੀਂ ਲੋਕ ਇਕੱਠੇ ਰਹਿੰਦੇ। ਸੋ ਬਹੁਤ ਸਭ ਤੋਂ ਪਹਿਲਾਂ ਤਾਂ ਇਹਦੇ ਲਈ ਮੁਬਾਰਕਾਂ ਤੁਹਾਨੂੰ ਭਲਵਾਨ ਜੀ। ਬਹੁਤ ਘੱਟ ਪਰਿਵਾਰ ਅੱਜ ਕੱਲ੍ਹ ਮਿਲਦੇ ਨੇ ਜਿਹੜੇ ਇਕੱਠੇ ਮਿਲ ਕੇ ਬਹਿਣਾ ਚਾਹੁੰਦੇ ਆ, ਜਾਂ ਜਿਹੜੇ ਅੱਜ ਤੱਕ ਵੀ ਜੁਆਇੰਟ ਰਹਿ ਰਹੇ ਆ, ਮੇਰਾ ਤਾਂ ਉਹਨਾਂ ਨੂੰ ਇੱਥੇ ਵਾਰ ਵਾਰ ਸਲੂਟ ਮਾਰਨ ਨੂੰ ਜੀ ਕਰਦਾ ਵੀ ਕਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਸਾਰਾ ਪਰਿਵਾਰ ਬੰਨ੍ਹ ਕੇ ਰੱਖਿਆ। ਸੋ ਪਰਿਵਾਰ ਨੂੰ ਬੰਨ੍ਹ ਕੇ ਰੱਖਣ ਵਾਲਾ ਉਹ ਜੀ ਸਾਂਝਾ ਕਰਨਾ ਚਾਹੋਗੇ, ਕਿਉਂਕਿ ਘਰ ਦੇ ਵਿੱਚ ਸਾਰੇ ਜੀ ਕੋਆਪਰੇਟ ਕਰਦੇ ਫਿਰ ਪਰਿਵਾਰ ਇਕੱਠਾ ਰਹਿੰਦਾ, ਪਰ ਇੱਕੋ ਜੀ ਹੁੰਦਾ ਵਾ ਪਰਿਵਾਰ ਦੇ ਵਿੱਚ ਜਿਹਦੀ ਸਾਰੇ ਕਹਿਣਾ ਮੰਨਦੇ ਆ। ਹਾਂਜੀ, ਪਤਾ ਜੀ ਜਿਵੇਂ ਜਦ ਆਪਣੇ ਆ, ਮੈਂ ਆਪਣੇ ਦਾਦਾ ਦਾਦੀ ਦੇਖੇ ਨਹੀਂ ਜੀ। ਹਾਂਜੀ, ਅਤੇ ਸਾਡੇ ਜਿੱਦਾਂ ਵੱਡੇ ਪਾਪਾ ਜੀ ਅਵਤਾਰ ਸਿੰਘ ਪ੍ਰਧਾਨ, ਉਹਨਾਂ ਉਹ ਉਹਨਾਂ ਦੇ ਸਾਰਾ ਪਰਿਵਾਰ ਦਾ ਜਿੱਦਾਂ
ਵੀ ਜਿਵੇਂ ਮੈਂ ਵੀ ਹਾਂ, ਮੈਂ ਆਪਣੇ ਪਾਪੇ ਤੋਂ ਨਹੀਂ ਕਦੇ ਕੋਈ ਵੀ ਚੀਜ਼ ਮੰਗੀ ਸੀ ਕਦੇ ਵੀ, ਜੇ ਹੋਣਾ ਉਹ ਤੋਂ ਹੀ ਮੰਗਣਾ ਸਾਰਿਆਂ ਨੇ, ਚਾਚੇ ਦੇ ਜਵਾਕਾਂ ਨੇ ਵੀ, ਹਰੇਕ ਨੇ ਉਹਨੂੰ ਵੱਡਾ ਪਾਪਾ ਕਹਿਣਾ, ਉਹਨੇ ਵੀ ਨਹੀਂ ਕਦੇ ਐਂ ਕਹਿਣਾ, ਸਾਰਾ ਪਰਿਵਾਰ ਉਹਨਾਂ ਨੇ ਹੀ ਜੋੜ ਕੇ ਰੱਖਿਆ ਹੋਇਆ। ਬਾਕੀ ਜਦ ਪਾਪੇ ਹੋਣੀ ਸਾਡੇ ਵੀ ਆ, ਉਹਨਾਂ ਨੇ ਵੀ ਉਹਨਾਂ ਦੇ ਪੁੱਛ ਕੇ ਗੱਲ ਕਰਨੀ ਆ, ਜੋ ਦੇਣਾ ਲੈਣਾ ਜੋ ਘਰ ਦਾ ਵੀ ਹੁੰਦਾ ਉਹ ਸਾਰਾ ਸਾਡੇ ਵੱਡੇ ਪਾਪਾ ਹੀ ਕਰ ਰਹੇ ਆ, ਉਹਨਾਂ ਕਰਕੇ ਸਾਰਾ ਪਰਿਵਾਰ ਜੁੜਿਆ ਹੋਇਆ ਜੀ। ਕਿਉਂਕਿ ਹੁਣ ਦੇਖੋ ਦਾਦਾ ਦਾਦੀ ਵੀ ਨਹੀਂ ਵੀ ਆਪਾਂ ਦੇਖੇ ਪਰਿਵਾਰ ਜੁੜਿਆ ਰਹਿਣਾ ਵੀ ਉਹ ਉਸੇ ਵਧੀਆ ਕਰਕੇ ਹੀ ਤਾਂ ਹੀ ਸਾਰੇ ਜੁੜੇ ਹੋਏ ਆ ਜੀ। ਜਦੋਂ ਵਾਜੀ ਵਾਹ, ਬਹੁਤ ਵਧੀਆ। ਅਤੇ ਕਬੱਡੀ ਦੇ ਵਿੱਚ ਵੀ ਮੈਨੂੰ ਲੱਗਦਾ ਫਿਰ ਉਹਨਾਂ ਨੇ ਤੁਹਾਨੂੰ ਹਲਾਸ਼ੇਰੀ ਦਿੱਤੀ ਹੋਊਗੀ। ਹਾਂਜੀ, ਕਬੱਡੀ ਦੇ ਵਿੱਚ ਉਹਨਾਂ ਨੇ ਵੀ, ਚਾਚਾ ਜੀ ਨੇ ਵੀ, ਪਾਪਾ ਜੀ ਨੇ ਵੀ, ਸਾਰਿਆਂ ਨੇ ਜਦੋਂ ਵੀ ਆਪਾਂ ਕਦੇ ਖੇਡਣ ਜਾਂਦੇ ਸੀ, ਜਦੋਂ ਆਪਣੇ ਏਰੀਏ 'ਚ ਮੈਚ ਹੁੰਦਾ 20 ਕਿਲੋਮੀਟਰ ਦੇ ਏਰੀਏ 'ਚ ਜੀ, ਵੀ ਸਾਡੇ ਘਰ ਦਾ ਇੱਕ ਜਣਾ ਤਾਂ ਦੇਖਣ ਜਾਂਦਾ ਹੀ ਸੀਗਾ, ਨਹੀਂ ਕਈ ਵਾਰ ਤਾਂ 2 ਜਾਂ 3 ਜਣੇ ਵੀ ਚੱਲ ਜਾਂਦੇ ਸੀਗੇ ਜੀ। ਵਾਹ ਵੀ ਹਾਂਜੀ, ਵੱਖਰੇ ਵੱਖਰੇ, ਜਿਵੇਂ ਹੁਣ ਪਾਪਾ ਚਲੇ ਗਿਆ ਸਕੂਟਰ 'ਤੇ ਚਲੇ ਗਿਆ, ਚਾਚਾ ਹੋਰ ਕਿਸੇ ਨਾਲ ਚਲੇ ਗਿਆ, ਜਾਂ ਕਈ ਵਾਰ ਟਰੈਕਟਰ ਲੈ ਜਾਣਾ ਇਹਨਾਂ ਨੇ ਵੀ, ਜਿਵੇਂ ਨੇੜੇ ਹੋਣਾ ਪਿੰਡ 'ਚ ਹੋਰ ਵੀ ਚੱਲ ਜਾਂਦੇ ਸੀ। ਅਤੇ ਜਦੋਂ ਪਰਿਵਾਰ ਦੇ ਜੀ ਬਾਹਰ ਬੈਠੇ ਹੋਣ ਤਾਂ ਫਿਰ ਹੌਸਲਾ ਹੀ ਹੋਰ ਹੁੰਦਾ ਬੰਦੇ ਦਾ ਕਿ ਨਹੀਂ? ਹਾਂਜੀ, ਹੌਸਲਾ ਹੁੰਦਾ ਜੀ। ਪਹਿਲਾਂ ਪਹਿਲਾਂ ਥੋੜ੍ਹਾ ਡਰ ਵੀ ਲੱਗਦਾ ਹੁੰਦਾ ਸੀ ਵੀ ਘਰ ਦੇ ਆਏ ਆ ਅੱਜ, ਵੀ ਪਤਾ ਨਹੀਂ ਕੀ ਹੋਊਗਾ, ਅਤੇ ਬਾਅਦ 'ਚ ਜਦੋਂ ਹੋਣਾ। ਬਾਕੀ ਜੀ, ਜਦੋਂ ਮੈਂ ਮੈਚ ਖੇਡ ਕੇ ਵੀ ਜਾਂਦਾ ਸੀ ਨਾ ਘਰ ਜੀ, ਜਾਣੀ ਵੱਡੇ ਬਾਪੇ ਨੇ ਜਾਂ ਚਾਚੇ ਨੇ ਕਿਸੇ ਨੇ ਵੀ, ਇਹਨਾਂ ਨੇ ਪੁੱਛਣਾ ਵੀ ਕਿਵੇਂ ਰਹੇ, ਵੀ ਆਪਾਂ ਕਹਿੰਦਾ ਜਿੱਤ ਗਈ, ਉਹਨਾਂ ਕਹਿਣਾ ਕਿਵੇਂ ਜਿੱਤੇ, ਕਿਹਦੇ ਨਾਲ ਸੀ ਪਹਿਲਾ ਮੈਚ, ਦੂਜਾ ਕਿਹਦੇ ਨਾਲ ਸੀ, ਕਿੰਨੇ ਜੱਫੇ ਲੱਗੇ, ਕਿੰਨੀਆਂ ਰੇਡਾਂ ਪਾਈਆਂ, ਜਾਣੀ ਮੈਨੂੰ ਪ੍ਰੋਪਰ ਪੁੱਛਣਾ। ਕਿਸੇ ਟਾਈਮ ਮੈਂ ਵੀ ਐਂ ਹੋਣਾ ਵੀ ਬੀਬੀ ਉਹਨਾਂ ਨੂੰ ਕਹਿਣਾ ਵੀ ਮੈਨੂੰ ਇੱਦਾਂ ਹੀ ਪੁੱਛਦੇ ਰਹਿੰਦੇ ਆ ਜੀ, ਵੀ ਐਂ ਕਿਵੇਂ ਲੱਗੇ, ਨਾਲੇ ਤਾਂ ਦੇਖ ਕੇ ਆਉਂਦੇ ਆ ਮੈਚ ਉੱਥੇ, ਅਤੇ ਪਰ ਆਪਾਂ ਵੀ ਜਿਵੇਂ ਹੁੰਦਾ ਸੀ ਸੱਚ ਹੀ ਦੱਸ ਦੇਈਦਾ ਸੀਗਾ ਜੀ ਵੀ ਐਂ ਖੇਡੇ ਅੱਜ ਜੀ। ਹਾਂਜੀ, ਸੋ ਵਧੀਆ ਲੱਗਦਾ ਜਦੋਂ ਪਰਿਵਾਰ ਦੇ ਜੀ ਜਾਂਦੇ, ਇੱਕ ਉਹ ਹੱਲਾਸ਼ੇਰੀ ਵੱਖਰੀ ਹੁੰਦੀ ਹੈ। ਅਤੇ ਸੋਨੀ ਜੀ, ਜੇ ਆਪਾਂ ਸ਼ੁਰੂਆਤ ਦੀ ਗੱਲ ਕਰੀਏ, ਅਤੇ ਕਦੋਂ ਕੁ ਸ਼ੁਰੂ ਕੀਤਾ, ਬਚਪਨ ਦੇ ਵਿੱਚੋਂ ਸ਼ੁਰੂ ਕਰਤਾ ਜਾਂ ਜਵਾਨੀ 'ਚ ਆ ਕੇ ਸ਼ੁਰੂ ਕੀਤੀ ਕਬੱਡੀ, ਕਿਹੜਾ ਉਹ ਇੱਦਾਂ ਦਾ ਸਾਲ ਸੀ ਜਦੋਂ ਆਪਾਂ ਸ਼ੁਰੂਆਤ ਕੀਤੀ? ਜਿੱਦਾਂ ਜੀ ਮੈਂ 97 ਤੋਂ 96 97 ਤੋਂ ਖੇਡਣਾ ਸ਼ੁਰੂ ਕਰਤਾ ਸਕੂਲ ਦੀ ਕਬੱਡੀ 'ਚੋਂ ਜੀ। ਹਾਂਜੀ, ਫਿਰ ਸਕੂਲ 'ਚ ਖੇਡਦੇ ਖੇਡਦੇ ਫਿਰ ਮੈਂ 2000 ਤੋਂ ਜਿੱਦਾਂ ਪਿੰਡ ਵਾਰ ਨਾਲ ਖੇਡਣੀ ਸ਼ੁਰੂ ਕਰਤੀ ਜੀ। ਅਤੇ ਪਿੰਡ ਵਾਰ ਜਿਵੇਂ ਅਸੀਂ ਖੇਡਦੇ ਸੀਗੇ, ਅਸੀਂ ਇੱਕ ਕਲਾਸ 'ਚ ਹੀ ਪੜ੍ਹਦੇ ਸੀ ਤਕਰੀਬਨ ਸਕੂਲ ਦੇ, ਜਿਵੇਂ ਸਾਤੋਂ ਸੀਨੀਅਰ ਪਲੇਅਰ ਸੀਗੇ ਜੀ, ਜਿਵੇਂ ਪੈਰਸੀ ਜਗਦੀਪ ਇਹ ਸੀਨੀਅਰ ਸੀ, ਫਿਰ ਸੰਦੀਪ ਜੱਗਾ ਘੁੱਕ ਹੋਣੀ ਅਸੀਂ ਸਾਰੇ ਫਿਰ ਹਾਮੇਜ ਸੀਗੇ, ਅਸੀਂ ਇਕੱਠਿਆਂ ਨੇ ਫਿਰ ਪਿੰਡ ਵਾਰ ਦੇ ਮੈਚ ਖੇਡਣੇ ਸ਼ੁਰੂ ਕਰਤੇ ਜੀ ਜੀ। ਪਹਿਲਾਂ ਵਿੱਚ ਹਾਰੀ ਗਏ ਜਿੱਦਾਂ, ਫਿਰ ਜਦੋਂ ਥੋੜ੍ਹਾ ਜਿਹਾ ਬਾਹਲੇ ਮੈਚ ਆਉਣੇ ਸ਼ੁਰੂ ਹੋ ਜਾਂਦੇ ਆ ਜੀ ਫਰਵਰੀ ਮਾਰਚ 'ਚ ਜੀ, ਅਤੇ ਫਰਵਰੀ ਮਾਰਚ 'ਚ ਆ ਕੇ ਵੀ ਕਦੇ ਇੱਕਦਮ ਮੈਚ ਜਿੱਤ ਜਾਣਾ, ਕਦੇ ਹਾਰ ਜਾਣਾ, ਵੀ ਮਗਰੋਂ ਜੀ ਆ ਕੇ ਜਿੱਤਣੇ ਸ਼ੁਰੂ ਕਰਨੇ। ਅਤੇ ਬਾਅਦ 'ਚ ਫਿਰ ਅਸੀਂ ਇਕੱਠੇ ਪ੍ਰੈਕਟਿਸ ਕਰੀ ਗਏ, ਫਿਰ ਜਿੱਦਾਂ ਜੀ ਆ ਕੇ ਵੀ ਵਧੀਆ, ਜਾਣੀ 2003 ਤੋਂ ਵਧੀਆ ਪੂਰੀ ਟੀਮ ਸਾਡੀ ਜੀ ਹੋ ਗਈ ਸੀ। ਹੌਲੀ ਹੌਲੀ ਬੰਦਾ ਉਹ ਹਾਰ ਕੇ ਵੀ ਬਹੁਤ ਕੁਛ ਸਿੱਖਦਾ। ਹਾਂਜੀ, ਸੋ ਇੱਕ ਸ਼ੁਰੂਆਤੀ ਟਾਈਮ ਸੀ ਜਦੋਂ 97-98। ਪਰ ਸਕੂਲਾਂ ਦੇ ਵਿੱਚ ਜਿੰਨਾ ਕੁ ਮੈਨੂੰ ਪਤਾ ਉੱਥੇ ਸਰਕਲ ਘੱਟ ਖੇਡੀ ਜਾਂਦੀ, ਜ਼ਿਆਦਾ ਨੈਸ਼ਨਲ ਖੇਡਦੇ ਆ। ਹਾਂਜੀ, ਅਸੀਂ ਨੈਸ਼ਨਲ ਟੈਲ ਵੀ ਖੇਡੀ ਸੀ, ਸਰਕਲ ਸਟੈਲ ਵੀ, ਦੋਵੇਂ ਨੈਸ਼ਨਲ ਟੈਲ ਦੇ ਮੈਚ ਪਹਿਲਾਂ ਆ ਜਾਂਦੇ ਸੀ, ਨੈਸ਼ਨਲ ਟੈਲ ਅਸੀਂ ਜਿੱਤ ਵੀ ਜਾਂਦੇ ਸੀ ਹਾਰ ਵੀ ਜਾਂਦੇ ਸੀ ਜੀ, ਪਰ ਜਿਹੜੀ ਸਰਕਲ ਸਟੈਲ ਸੀ ਉਹ ਅਸੀਂ ਜ਼ਿਲ੍ਹਾ ਜਾਣੀ 5 ਸਾਲ ਲਗਾਤਾਰ ਜਿੱਤੇ ਜੀ ਜੀ। ਹਾਂਜੀ, ਸਕੂਲ 'ਚ ਸਾਡਾ ਕਿਉਂਕਿ ਕਲਾਂ ਸਕੂਲ ਜੀ, 5 ਸਾਲ ਲਗਾਤਾਰ ਜ਼ਿਲ੍ਹਾ ਜਿੱਤੇ ਜੀ ਅਸੀਂ। ਅਤੇ ਉਸ ਟਾਈਮ ਦੇ ਉੱਤੇ ਕਿੱਥੋਂ ਟ੍ਰੇਨਿੰਗ ਮੇਨ ਕਿਹਦੇ ਸਿਰ ਜਾਂਦਾ ਸਿਹਰਾ, ਕਿਹਦੇ ਕਰਕੇ ਫਿਰ ਉਹ ਅੱਗੇ ਵਧਿਆ ਸਫ਼ਰ? ਹਾਂਜੀ, ਸਾਡੇ ਮਾਸਟਰ ਬਹਾਦਰ ਸਿੰਘ ਜਸਵੰਤ ਸਿੰਘ DP ਸਾਡੇ ਜੀ ਜੀ, ਜਾਣੀ ਉਹਨਾਂ ਦੇ ਸਿਰ ਸਿਹਰਾ ਜਾਂਦਾ, ਉਹਨਾਂ ਨੇ ਮੈਨੂੰ ਪ੍ਰੈਕਟਿਸ ਚੰਗੀ ਕਰਾਈ ਜੀ। ਉਹਨਾਂ ਨੇ ਜਿੱਦਾਂ ਗਰਮੀ 'ਚ ਵੀ ਅਸੀਂ ਦੁਪਹਿਰੇ ਜਿੱਦਾਂ ਕਰਦੇ ਸੀ ਪ੍ਰੈਕਟਿਸ, ਅਤੇ ਉਹਨਾਂ ਨੇ ਜਾਣੀ ਬਹੁਤ ਸਾਥ ਦਿੱਤਾ ਜੀ ਆਪਣਾ। ਉਦੋਂ ਬਾਅਦ 'ਚ ਜਿੱਦਾਂ ਗਾਂਹ ਕੋਚ ਮਿਲੀ ਗਏ, ਉਹ ਤਾਂ ਸਮਝ ਲਓ ਆਪਾਂ ਰੈਡੀ ਹੋ ਜਾਂਦੇ ਹਾਂ ਨਾ ਜੀ। ਹਾਂਜੀ ਜੀ, ਇੱਕ ਹੁੰਦਾ ਬੰਦਾ ਜਿਹਨੇ ਤੁਹਾਡਾ ਟੈਲੈਂਟ ਪਛਾਣ ਕੇ ਤੁਹਾਨੂੰ ਅੱਗੇ ਹਾਂਜੀ ਭੇਜਤਾ, ਫਿਰ ਉਹ ਸ਼ੁਰੂਆਤ ਜਿਹੜੀ ਉੱਥੋਂ ਹੋ ਚੁੱਕੀ ਹੁੰਦੀ ਹੈ। ਸੋ ਸਕੂਲ ਤੋਂ ਬਾਅਦ ਫਿਰ ਕਾਲਜ? ਹਾਂਜੀ, ਫਿਰ ਕਾਲਜ 'ਚ ਖੇਡੇ ਜੀ ਆਪਾਂ, ਫਿਰ ਅਕੈਡਮੀਆਂ। ਹਾਂਜੀ, ਫਿਰ ਅਕੈਡਮੀ 'ਚ ਆ ਗਏ ਜੀ, ਕਾਲਜ 'ਚ ਖੇਡਦੇ ਨਾਲ ਹੀ। ਕਿਹੜੇ ਕਾਲਜ, ਸੋਰੀ ਜੇ? ਹਾਂਜੀ ਹਾਂਜੀ, ਢੁੱਡੀ ਕੇ ਕਾਲਜ ਖੇਡੇ ਜੀ, ਲਾਲਾ ਲਾਜਪਤ ਰਾਏ ਕਾਲਜ ਢੁੱਡੀ ਕੇ ਜੀ। ਵਾਹ, ਹਾਂਜੀ, ਅਤੇ ਉੱਥੋਂ ਖੇਡਦੇ ਨਾਲ ਹੀ ਉੱਥੇ ਫਿਰ ਪਿੰਡ ਵਾਰ ਦੇ ਮੈਚ ਜਿਵੇਂ ਖੇਡਦੇ ਸੀ, ਫਿਰ ਆਪਣੀ ਜਿਵੇਂ ਗੇਮ ਦੇਖਦੇ ਆ ਬਾਹਰ ਅਕੈਡਮੀਆਂ ਵਾਲੇ, ਫਿਰ ਉਹ ਕਹਿੰਦੇ ਸਾਡੇ ਨਾਲ ਖੇਡ ਲਓ ਮੈਚ, ਫਿਰ ਥੋੜ੍ਹੇ ਮੈਚ ਮੈਂ ਕਾਲਖ 'ਚ ਖੇਡਿਆ ਜੀ, ਦਸਮੇਸ਼ ਕਲੱਬ ਕਾਲਖ 'ਚ ਜੀ, ਫਿਰ ਉਸ ਤੋਂ ਬਾਅਦ ਸਾਡੀ ਜਗਰਾਉਂ ਦੀ ਟੀਮ ਸੀ ਹਰਜੀਤ ਤਲਵਾਰ ਕਲੱਬ ਜਗਰਾਉਂ ਜੀ, ਜਾਣੀ ਸਾਡੇ ਏਰੀਏ ਦੇ ਪਲੇਅਰ ਦਾ ਉਦੋਂ ਸੁਪਨਾ ਹੀ ਹੁੰਦਾ ਸੀ ਯਾਰ ਵੀ ਮੈਂ ਇਹ ਟੀਮ 'ਚ ਖੇਡਾਂ ਜਦੋਂ ਵੀ ਮੈਂ ਤਕੜਾ ਹੋਵਾਂ। ਕਿਆ ਬਾਤ, ਸਾਰੇ ਏਰੀਏ ਦੇ ਸਾਡੇ ਤਕੜੇ ਪਲੇਅਰ ਉਹ 'ਚ ਹੀ ਸੀਗੇ ਜੀ ਉਦੋਂ ਜੀ, ਅਤੇ ਬਾਅਦ 'ਚ ਉਹ 'ਚ ਖੇਡਣਾ ਸ਼ੁਰੂ ਕੀਤਾ ਜੀ ਆਪਾਂ, ਅਤੇ ਉਹਦੇ 'ਚ ਖੇਡਦੇ ਕਾਫੀ ਕੱਪਾਂ 'ਤੇ ਖੇਡਣ ਦਾ ਮੌਕਾ ਮਿਲਿਆ, ਜਿੱਦਾਂ ਵੀ ਜਲੰਧਰ ਵੀ, ਨਵੇਂ ਸ਼ਹਿਰ ਵੀ ਅਸੀਂ ਕੱਪ ਜਿੱਤੇ, ਜਲੰਧਰ, ਨਵਾਂ ਸ਼ਹਿਰ, ਲੁਧਿਆਣੇ ਲੋਧੀ ਕੱਪ ਹੁੰਦਾ ਸੀ, ਮੋਗੇ, ਸਾਰੇ ਜਾਣੀ ਏਰੀਏ ਦੇ ਕੱਪ ਮੇਨਲੀ ਅਸੀਂ ਸਾਰੇ ਜਾਣੀ ਉਦੋਂ ਜਿੱਤੇ ਜੀ, ਅਤੇ ਮੇਨ ਕੱਪ ਅਸੀਂ ਜਿੱਤੇ ਬਾਜਾ ਖਾਨਾ ਹਰਜੀਤ ਦੀ ਯਾਦ 'ਚ ਹੁੰਦਾ ਸੀ, ਬਰਾੜ ਦੀ ਯਾਦ 'ਚ ਜੀ ਜੀ। ਹਾਂਜੀ, ਉੱਥੇ ਮੈਂ ਬੈਸਟ ਰੇਡਰ ਵੀ ਨਿਕਲਿਆ, ਜਾਣੀ ਉਹ ਬਹੁਤ ਵਧੀਆ ਲੱਗਿਆ ਮੈਨੂੰ ਉਦੋਂ ਜੀ।
ਵੀ ਕਿਉਂਕਿ ਹਰਜੀਤ ਨੂੰ ਆਪਾਂ ਉਦਾਂ ਹੀ ਮੰਨਦੇ ਹਾਂ ਸਾਰੇ ਕਬੱਡੀ 'ਚ ਵੀ ਉਹਨਾਂ ਦਾ ਹੀ ਜਾਤ 'ਚ ਟੂਰਨਾਮੈਂਟ ਸੀਗਾ ਜੀ ਅਤੇ ਉੱਥੋਂ ਜਿੱਦਾਂ ਬੈਸਟ ਰੇਡਰ ਹੋਣ ਦਾ ਵੀ ਮਾਣ ਮਿਲਿਆ ਜੀ ਮੈਨੂੰ। ਕਿਆ ਬਾਤ ਆ ਜੀ। ਸੋ ਉਹ ਇੱਕ ਇੱਦਾਂ ਦੇ ਯਾਦਗਾਰੀ ਪਲ ਹੀ ਜਿੱਥੋਂ ਬਾਅਦ 'ਚੋਂ ਫਿਰ ਬੰਦੇ ਨੂੰ ਸਰੂਰ ਜਿਹਾਉਣਾ ਸ਼ੁਰੂ ਹੋ ਜਾਂਦਾ। ਹਾਂਜੀ। ਅਤੇ ਉਸ ਤੋਂ ਬਾਅਦ ਫਿਰ ਇੰਟਰਨੈਸ਼ਨਲ ਲੈਵਲ ਤੱਕ ਵੀ ਤੁਸੀਂ ਖੇਡ ਕੇ ਆਏ। ਹਾਂਜੀ, ਬਸ ਉਹੀ ਮੈਚ ਜਦੋਂ ਅਕੈਡਮੀਆਂ ਜਦੋਂ ਆਪਾਂ ਖੇਡਦੇ ਹਾਂ ਜੀ, ਫਿਰ ਬਾਹਰਲੇ ਜਿਹੜੇ ਪ੍ਰਮੋਟਰ ਆ ਉਹ ਆਉਂਦੇ ਆ ਮੈਚ ਦੇਖਣ ਜੀ, ਅਤੇ ਉਹਨਾਂ ਨੇ ਜਿੱਦਾਂ ਮੇਰੀ ਗੇਮ ਦੇਖੀ, ਫਿਰ ਉਹਨਾਂ ਨੇ ਕਈ ਟੂਰਨਾਮੈਂਟਾਂ 'ਤੇ ਮੇਰੇ 'ਤੇ ਪੈਸੇ ਵੀ ਲਾਏ ਵੀ ਇਹਦੀ ਸੋਨੀ ਨੂੰ ਜਿਹੜਾ ਫੜੂਗਾ ਵੀ ਉਹਨੂੰ ਇੰਨੇ ਪੈਸੇ ਦੇਵਾਂਗੇ, ਵੀ ਉਹ ਬੰਦੇ ਨੂੰ ਪੂਰਾ ਪਰਖ ਕੇ ਦੇਖਦੇ ਆ ਜੀ। ਹਾਂਜੀ। ਫਿਰ ਉਹਨਾਂ ਨੇ ਜਿੱਦਾਂ ਮੈਨੂੰ ਇੰਗਲੈਂਡ, ਮੈਂ ਜਿੱਦਾਂ ਸਿੰਘ ਸਭਾ ਸਾਊਥ ਹਾਲ ਲਈ ਖੇਡਣ ਗਿਆ ਜੀ 2006 'ਚ ਜੀ, ਅਤੇ 7 'ਚ ਦੋ ਸਾਲ ਮੈਂ ਉੱਥੇ ਖੇਡਿਆ ਜੀ। ਜੀ ਹਾਂਜੀ। ਸੋ ਉਸ ਤੋਂ ਬਾਅਦ ਆਸਟ੍ਰੇਲੀਆ ਕਦੋਂ ਫਿਰ ਆਉਣਾ ਬਣਿਆ? ਹਾਂਜੀ, 2008 ਫਰਵਰੀ 'ਚ ਜੀ ਮੈਂ ਆਸਟ੍ਰੇਲੀਆ ਆ ਗਿਆ ਜੀ। ਹਾਂਜੀ। ਅਤੇ ਇੰਗਲੈਂਡ ਮੇਰੇ ਥੋੜ੍ਹੀ ਜਿਹੀ ਇੰਜਰੀ ਹੋ ਗਈ ਸੀਗੀ, ਜਿੱਦਾਂ ਪੱਟ ਦੀ ਹੱਡੀ ਕਰੈਕ ਹੋ ਗਈ। ਓਕੇ। ਫਿਰ ਬਾਅਦ 'ਚ ਮੈਨੂੰ ਲੱਗਿਆ ਵੀ ਯਾਰ ਪਤਾ ਨਹੀਂ ਗੇਮ ਕਿਵੇਂ ਹੋਊਗੀ ਕੀ ਹੋਊਗਾ, ਥੋੜ੍ਹਾ ਜਿਹਾ ਮੈਂ ਇੱਦਾਂ ਹੋ ਗਿਆ। ਫਿਰ ਮੈਂ ਆਸਟ੍ਰੇਲੀਆ ਨੂੰ ਆ ਗਿਆ, ਇੱਧਰ ਨੂੰ ਆਪਰੇਸ਼ਨ ਕਰਾ ਲਿਆ ਸੀ ਲੱਤ ਦਾ। ਫਿਰ ਇੱਥੇ ਆ ਕੇ ਜਿੱਦਾਂ ਫਿਰ ਇੱਥੇ ਸਿੰਘ ਸਭਾ ਕਲੱਬ ਆਪਣੀ ਜੀ ਉਹਦੇ ਲਈ ਖੇਡਣਾ ਸ਼ੁਰੂ ਕੀਤਾ। 2008 ਤੋਂ ਹੁਣ ਤੱਕ ਜੀ ਉਹਨਾਂ ਨਾਲ ਹੀ ਜੁੜੇ ਹੋਏ ਆ, 10ਵਾਂ ਸਾਲ ਚੱਲ ਪਿਆ ਜੀ। ਕਿਆ ਬਾਤ ਹੈ ਜੀ। ਸੋ 10 ਸਾਲ ਦੀ ਲੰਬੀ ਪਾਰੀ ਜਿਹੜੀ ਆ ਉਹ ਨਹੀਂ ਖੇਡਦੀ। ਕਿਆ ਬਾਤ ਹੈ ਜੀ, ਕਿਆ ਬਾਤ। ਸੋ ਕਬੱਡੀ ਦੇ ਵਿੱਚ ਕਹਿੰਦੇ ਨੇ ਵੀ ਬਹੁਤ ਲੰਮਾ ਸਮਾਂ ਬੰਦੇ ਲਈ ਖੇਡਣਾ ਔਖਾ ਹੋ ਜਾਂਦਾ। ਸੋ 10 ਸਾਲ ਤੇ ਤੁਹਾਨੂੰ ਇੱਥੇ ਹੀ ਹੋ ਗਏ। ਹਾਂਜੀ। ਤੇ ਉਸ ਤੋਂ ਪਹਿਲਾਂ ਵੀ ਤੁਸੀਂ 97-98 ਤੋਂ ਤੁਸੀਂ ਖੇਡ ਸ਼ੁਰੂ ਕੀਤੀ ਹੈ। ਸੋ ਇਹ ਕਾਫੀ ਲੰਮੀ ਪਾਰੀ ਹੋ ਜਾਂਦੀ ਹੈ। ਹਾਂਜੀ ਹਾਂਜੀ, 20 ਸਾਲ ਦੇ ਕਰੀਬ ਹੋ ਗਏ ਜੀ ਜਦੋਂ ਖੇਡਦੇ ਨੂੰ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਸੋਨੀ ਜੀ। ਸੋ ਐਵੇਂ ਨਹੀਂ ਸੋਨੀ ਹੁੰਦੀ। ਸੋ ਸੋਨੀ ਜੀ, ਨਾਂ ਤੁਹਾਡਾ ਹਰਪ੍ਰੀਤ ਸਿੰਘ ਸਿੱਧੂ, ਤੇ ਉਸ ਤੋਂ ਬਾਅਦ ਮਤਲਬ ਸੋਨੀ ਕੌਂਕੇ ਕਦੋਂ ਬਣਿਆ, ਮਤਲਬ ਕਬੱਡੀ ਦੇ ਵਿੱਚ ਫਿਰ ਉਹ ਵਾਲਾ ਨਜ਼ਾਰਾ ਕਦੋਂ ਆਉਣਾ ਸ਼ੁਰੂ ਹੋਇਆ? ਇਹ ਜੀ ਇੱਦਾਂ ਸੀਗਾ ਜੀ, ਜਿੱਦਾਂ ਹਰਪ੍ਰੀਤ ਤਾਂ ਚਲੋ ਆਪਣਾ ਉੱਦਾਂ ਨਾਂ ਸੀ, ਘਰਦਿਆਂ ਨੇ ਨਾਂ ਹੀ ਸੋਨੀ ਰੱਖਿਆ ਸੀ ਜੀ। ਸੋਨੀ ਕੌਂਕੇ ਉਦੋਂ ਪਿਆ ਜੀ ਜਦੋਂ ਆਪਾਂ ਵਧੀਆ ਖੇਡਣਾ ਸ਼ੁਰੂ ਕੀਤਾ ਜੀ। ਵੀ ਜਿਵੇਂ ਹਰੇਕ ਆਪਾਂ ਜਾਂਦੇ ਸੀ ਟੂਰਨਾਮੈਂਟ 'ਤੇ, ਜਿਵੇਂ ਪਹਿਲਾਂ ਅਸੀਂ 2000 'ਚ ਜਿੱਦਾਂ ਪਿੰਡ ਦੇ ਸ਼ੁਰੂ ਕੀਤੇ ਉਦੋਂ ਨਹੀਂ ਕੋਈ ਜਾਣਦਾ ਸੀ, ਕੋਈ ਘਰ ਪਿੰਡ ਦੇ ਹੀ ਜਾਣਦੇ ਸੀ। ਫਿਰ 1-2 ਜਾਂ 3-4 ਜਾ ਕੇ ਅਸੀਂ ਹੋਰ ਕੱਪ ਜਿੱਤਣੇ ਸ਼ੁਰੂ ਕੀਤੇ, ਉਦੋਂ ਸਾਰੇ ਸਾਡੇ ਇਲਾਕੇ ਵਾਲੇ ਸਾਰੇ ਜਾਣਨ ਲੱਗ ਪਏ। ਫਿਰ 2003 ਤੋਂ ਬਾਅਦ ਅਕੈਡਮੀਆਂ ਦੇ ਮੈਚ ਖੇਡਣੇ ਸ਼ੁਰੂ ਕੀਤੇ, ਉਸ ਤੋਂ ਬਾਅਦ ਫਿਰ ਪਿੰਡ ਦਾ ਨਾਂ ਬੋਲਦਾ, ਜਿੱਦਾਂ ਕਮੈਂਟਰੀ ਵਾਲੇ ਬੋਲਦੇ ਆ, ਘਰਦਿਆਂ ਦਾ ਨਾਂ ਬੋਲਦੇ ਆ ਜੀ, ਉਸ ਤੋਂ ਫਿਰ ਨਾਮ ਵੀ ਸੋਨੀ ਕੌਂਕੇ ਹੀ ਪੈ ਗਿਆ ਜੀ। ਸੋਨੀ ਜੀ, ਕਿੰਨਾ ਕੁ ਮਜ਼ਾ ਆਉਂਦਾ ਵਾ ਜਦੋਂ ਉੱਥੇ ਕਮੈਂਟਰੀ ਵਾਲੇ ਨਾਂ ਬੋਲਦੇ ਆ ਵੀ ਸੋਨੀ ਕੌਂਕਿਆਂ ਵਾਲਾ ਚੱਲਿਆ ਹੁਣ ਕਬੱਡੀ ਪਾਉਣ, ਅਤੇ ਇੰਨੇ ਪੈਸੇ ਉਹਦੇ ਉੱਤੇ ਲੱਗ ਗਏ, ਕਿੱਦਾਂ ਦਾ ਨਜ਼ਾਰਾ ਆਉਂਦਾ ਉਦੋਂ? ਕੀ ਉਦਾਂ ਜੀ ਮਾਣ ਤਾਂ ਮਹਿਸੂਸ ਹੁੰਦਾ ਜੀ, ਜਿੱਦਾਂ ਵਾ ਨਾ, ਫਿਰ ਵੀ ਜਦੋਂ ਨਾਂ ਲੈਂਦੇ ਆ ਵੀ ਚਲੋ, ਫਿਰ ਐਂ ਹੁੰਦਾ ਵੀ ਆਪਾਂ ਮਿਹਨਤ ਕਿਹੜੀ ਕੀਤੀ ਆ ਜੀ, ਵੀ ਉਹਦਾ ਮੁੱਲ ਪੈ ਰਿਹਾ। ਫਿਰ ਆਪਾਂ ਨੂੰ ਲੋਕ ਪਿਆਰ ਕਰਦੇ ਆ ਜੀ, ਜੋ ਮੈਚ ਖਤਮ ਹੁੰਦਾ ਬਹੁਤ ਲੋਕ ਆ ਕੇ ਮਿਲਦੇ ਆ, ਹੈ ਨਾ, ਫੋਟੋ ਵੀ ਕਰਵਾਉਂਦੇ ਆ ਜੀ, ਅਤੇ ਜਾਣੀ ਬਹੁਤ ਵਧੀਆ ਲੱਗਦਾ ਜੀ। ਪੇਸ਼ੈਂਸ ਵਾਲੇ ਪਲੇਅਰ ਬਹੁਤ ਘੱਟ ਕਬੱਡੀ 'ਚ ਲੱਭਦੇ ਆ, ਅਤੇ ਜਦਕਿ ਪੇਸ਼ੈਂਸ ਵਾਲੀ ਗੇਮ ਮੰਨੀ ਜਾਂਦੀ ਹੈ। ਤੁਹਾਨੂੰ ਕੀ ਲੱਗਦਾ, ਤੁਹਾਨੂੰ ਇੱਕ ਫੁੱਲ ਆਫ ਪੇਸ਼ੈਂਸ ਪਲੇਅਰ ਤੁਹਾਨੂੰ ਮੰਨਿਆ ਜਾਂਦਾ? ਤੁਹਾਡਾ ਕਦੀ ਕੋਈ ਰੌਲਾ ਗੌਲਾ ਕੋਈ ਖਾਸ ਸੁਣਿਆ ਨਹੀਂ ਵੀ ਨਹੀਂ ਯਾਰ ਇਹਨੂੰ ਹੱਥ ਲੱਗਾ ਇਹਨੂੰ ਨਹੀਂ ਲੱਗਾ? ਅਕਸਰ ਹੀ ਪਲੇਅਰ ਇਸ ਗੱਲ ਤੋਂ ਲੜ ਪੈਂਦੇ ਆ, ਕੀ ਕੋਈ ਖਾਸ ਇਹ ਚੀਜ਼ ਜਿਹੜੀ ਆ ਇਹ ਕਿੱਦਾਂ ਆਈ ਸੋਨੀ ਕੌਂਕੇ ਦੇ ਵਿੱਚ? ਤੁਹਾਨੂੰ ਖੁਦ ਨੂੰ ਕੀ ਲੱਗਦਾ ਵਾ ਵੀ ਇਹ ਕਿੱਥੋਂ ਤੁਸੀਂ ਇਹ ਸਿੱਖੀ ਹੈ? ਬਸ ਇੱਦਾਂ ਹੀ ਹੈ, ਜਦੋਂ ਆਪਾਂ ਮੈਚ ਖੇਡਦੇ ਨਾ, ਮੈਂ ਹੋਰ ਪਲੇਅਰਾਂ ਨੂੰ ਵੀ ਇਹੀ ਕਹਿੰਦਾ ਹੁੰਦਾ ਜੀ ਵੀ ਪੁਆਇੰਟ ਆਉਂਦੇ ਰਹਿੰਦੇ ਆ ਜਾਂਦੇ ਰਹਿੰਦੇ ਆ, ਪਰ ਜਿਹੜੇ ਲੋਕ ਦੇਖਦੇ ਆ ਉਹਨਾਂ ਨੂੰ ਪਤਾ ਹੁੰਦਾ ਜੇ ਰੈਫਰੀ ਨੇ ਗਲਤ ਪੁਆਇੰਟ ਦੇਤਾ, ਜਿਹੜਾ ਰੈਫਰੀ ਜਾਣ ਕੇ ਦਿੰਦਾ ਵਾ ਉਹ ਵੀ ਲੋਕਾਂ ਨੂੰ ਪਤਾ ਲੱਗ ਜਾਂਦਾ। ਬਿਲਕੁਲ ਠੀਕ ਹੈ ਜੀ। ਕਈ ਰੈਫਰੀ ਤੋਂ ਰੈਫਰੀ ਵੀ ਰੱਬ ਨਹੀਂ ਹੁੰਦਾ ਗਾ ਵੀ ਉਹ ਸਹੀ ਪੁਆਇੰਟ ਦਿਓ, ਕਈ ਵਾਰ ਗਲਤੀ ਹੋ ਜਾਂਦੀ ਆ ਜੀ, ਪਰ ਆਪਣਾ ਅਪੀਲ ਕਰਨ ਦਾ ਫਰਜ਼ ਆ, ਅਪੀਲ ਕਰੋ ਵੀ ਮੇਰਾ ਆਹ ਬੰਦੇ ਨੂੰ ਟੱਚ ਲੱਗਿਆ ਸੀ, ਨਹੀਂ ਰੈਫਰੀ ਮੰਨਦਾ ਪਾੜੇ 'ਤੇ ਆ ਜਾਓ। ਜੇ ਆਪਾਂ ਉੱਥੇ ਰੌਲਾ ਪਾਉਂਦੇ ਹਾਂ ਲੋਕਾਂ 'ਚ ਮੈਸੇਜ ਆਉਂਦਾ ਜਾ ਰਿਹਾ ਤਾਂ ਰੌਲਾ ਹੀ ਪਾਉਂਦਾ ਰਹਿੰਦਾ। ਬਿਲਕੁਲ, ਕਿਉਂਕਿ ਪੁਆਇੰਟ ਤਾਂ ਫਿਰ ਵੀ ਨਹੀਂ ਮਿਲਣਾ। ਬਿਲਕੁਲ, ਜਿਹੜਾ ਪੁਆਇੰਟ ਦਿੱਤਾ ਗਿਆ ਉਹ ਤਕਰੀਬਨ ਵਾਪਸ ਹੁੰਦਾ ਨਹੀਂ ਜੀ ਕਦੇ ਵੀ ਜੀ, ਉਹ ਕਦੇ ਕੀ ਕਹਿਣਾ ਵੀ ਹੋ ਜੇ 100 'ਚੋਂ ਇੱਕ ਵਾਰ ਜੀ, ਨਹੀਂ ਤਾਂ ਹੁੰਦਾ ਨਹੀਂਗਾ, ਜਿਹੜਾ ਪੁਆਇੰਟ ਇੱਕ ਵਾਰੀ ਦਿੱਤਾ ਗਿਆ ਉਧਰ ਹੀ ਰਹਿੰਦਾ। ਹਾਂਜੀ, ਅਪੀਲ ਕਰਨ ਦਾ ਆਪਣਾ ਫਰਜ਼ ਆ, ਅਪੀਲ ਕਰੋ ਵੀ ਮੇਰਾ ਇਹਨੂੰ ਲੱਗਿਆ ਸੀ, ਪਰ ਰੈਫਰੀ ਬਾਅਦ 'ਚ ਸੋਚਦਾ ਯਾਰ ਵਾਕਈ ਇਹਦਾ ਲੱਗਿਆ ਹੋਣਾ, ਉਹ ਤੁਹਾਡਾ ਪੁਆਇੰਟ ਕਵਰ ਕਰ ਦਿੰਦਾ ਕਿਸੇ ਟਾਈਮ ਜੀ। ਹਾਂਜੀ, ਅਤੇ ਪਰ ਜੇ ਆਪਾਂ ਰੌਲਾ ਪਾਉਂਦੇ ਹਾਂ ਪੁਆਇੰਟ ਦੀ ਖਾਤਰ, ਉਹ ਫਿਰ ਬਾਅਦ ਜਿਹੜੇ ਲੋਕ ਆ ਆਪਾਂ ਨੂੰ ਪਿਆਰ ਕਰਨ ਵਾਲੇ ਅਗਲਾ ਕਹਿੰਦਾ ਯਾਰ ਰੌਲਾ ਹੀ ਪਾਈ ਜਾਂਦਾ। ਇਸ ਕਰਕੇ ਆਪਾਂ ਲੋਕ ਵਧੀਆ ਪਿਆਰ ਕਰਦੇ ਹਾਂ, ਨਾ ਕਿਸੇ ਦੇ 60 ਫੇਟ ਨਾ ਮਾਰੋ, ਹੈ ਨਾ ਜੀ, ਵੀ ਸਾਰੇ ਇਹਦੇ ਕੰਮ ਵਾਲੇ ਬੰਦੇ ਆ ਜੀ ਇੱਥੇ ਤਾਂ। ਸਹੀ ਹੈ, ਸਹੀ ਹੈ। ਇੱਥੇ ਤਾਂ ਹੋਰ ਵੀ ਜ਼ਿਆਦਾ ਔਖਾ ਹੋ ਜਾਂਦਾ, ਨਾਲ ਤੁਸੀਂ ਆਪਣੇ ਕੰਮ ਕਰਨੇ, ਪਰਿਵਾਰ ਪਾਲਣੇ, ਨਾਲ ਤੁਸੀਂ ਕਬੱਡੀ ਖੇਡਣੀ। ਅਤੇ ਸੋਨੀ ਜੀ, ਹੁਣ ਜਿੱਦਾਂ ਉਹ ਪੁਆਇੰਟ ਦੀ ਤੁਸੀਂ ਗੱਲ ਕੀਤੀ, ਰੈਫਰੀਆਂ ਕੋਲ ਕਈ ਵਾਰੀ ਗਲਤੀ ਹੋ ਜਾਂਦੀ ਹੈ, ਅਤੇ ਮੈਂ ਸੁਣਿਆ ਹੁਣ ਇੰਡੀਆ ਦੇ ਵਿੱਚ ਵੀ ਉਹ ਕ੍ਰਿਕਟ ਵਾਂਗੂ ਰੀਪਲੇ ਸ਼ੁਰੂ ਹੋ ਗਿਆ ਵੀ ਉਹ ਕੈਮਰੇ ਨਾਲ ਵੇਖ ਲੈਂਦੇ ਆ, ਕਿੱਥੋਂ ਕੁ ਤੱਕ ਵਾਜਬ ਸਮਝਦੇ ਉਹਨੂੰ? ਇੰਡੀਆ ਇੱਥੇ ਤਾਂ ਜੀ ਹਜੇ ਹੈ ਨਹੀਂ ਗਾ ਇਹ ਸਿਸਟਮ ਜੀ, ਪਰ ਇੰਡੀਆ ਜਿਹੜਾ ਹੁਣ ਵਰਲਡ ਕੱਪ ਚੱਲ ਰਿਹਾ ਸੀ ਉਹ
ਮੂਵੀ ਦੇਖਣੀ ਆ, ਤੁਹਾਨੂੰ ਲੱਗਦਾ ਨੀ ਇੱਥੇ ਰੀਪਲੇ ਹੋ ਵੀ ਜਾਊਗਾ ਤਾਂ ਵੀ ਨੀ ਮੰਨਣਾ ਕਿਸੇ ਨੇ? ਜੇ ਹੋਵੇ ਜੀ ਫਿਰ ਤਾਂ ਮੰਨਣਾ ਪਊਗਾ, ਪਰ ਪ੍ਰਬੰਧਕਾਂ ਨੂੰ ਵੀ ਚਾਹੀਦਾ ਨਾ ਥੋੜਾ ਜਿਹਾ ਵੀ ਕੋਈ ਰੂਲ ਵਧੀਆ ਰੱਖਣ, ਕਿਸੇ ਟੂਰਨਾਮੈਂਟ ਦਾ ਕਿੱਦਾਂ ਦਾ ਰੂਲ ਹੁੰਦਾ ਜੀ, ਕਿਸੇ ਦਾ ਕਿੱਦਾਂ ਦਾ ਹੁੰਦਾ ਹਨਾ, ਅਤੇ ਵੀ ਕਈ ਜਿਵੇਂ ਹੁਣ ਟਾਈਆਂ ਵੀ ਪਾਉਣੀਆਂ ਮੈਂ ਜਾਂ ਸਾਰਾ ਕੁਛ ਆ ਵੀ ਉਹ ਪਲੇਅਰਾਂ ਨਾਲ ਕਰ ਲੈਣ, ਪਹਿਲਾਂ ਹੀ ਪਤਾ ਹੋਵੇ ਵੀ ਆਹ ਪਲੇਅਰ ਆਏ ਖੇਡਣੇ ਆ ਵੀ ਇਹਦਾ ਮੈਚ ਆਏ ਆ, ਆਪੇ ਨਹੀਂ ਰੌਲਾ ਪੈਂਦਾ ਜੀ, ਜਿਹੜਾ ਰੌਲਾ ਪਾਉਂਦਾ ਉਹ ਵੀ ਗਲਤ ਆ ਨਾ ਫਿਰ। ਬਿਲਕੁਲ, ਸੋ ਹਰ ਇੱਕ ਜਿੰਨੇ ਵੀ ਆਪਾਂ ਟੂਰਨਾਮੈਂਟ ਵੇਖਦੇ, ਇੱਥੇ ਵੀ ਤੁਹਾਡਾ 10 ਸਾਲ ਦਾ ਐਕਸਪੀਰੀਅੰਸ ਤੁਹਾਡਾ ਇੱਥੋਂ ਦਾ ਹੋ ਗਿਆ, ਅਤੇ ਇਹ ਸਿਰਫ ਇੱਥੇ ਹੀ ਨਹੀਂ ਹੁੰਦਾ, ਇਹ ਇੰਡੀਆ ਵਾਲੇ ਵੀ ਜਦੋਂ ਆਪਾਂ ਮੈਚ ਵੇਖਦੇ ਤਾਂ ਉਹਨਾਂ ਦੇ ਵਿੱਚ ਵੀ ਕਬੱਡੀ ਦੇ ਵਿੱਚ ਇੰਨਾ ਰੌਲਾ ਰੱਪਾ ਕਿਉਂ ਇਨਵੋਲਵ ਹੈ, ਕੀ ਕਿਉਂ ਕੀ ਲੱਗਦਾ ਤੁਹਾਨੂੰ? ਇੱਕ ਤਾਂ ਜੀ ਥੋੜ੍ਹੀ ਜਿਹੀ ਗੇਮ ਹੀ ਜੋਸ਼ ਵਾਲੀ ਹੈ, ਹਾਂਜੀ ਥੋੜ੍ਹਾ ਜਿਹਾ ਫਿਰ ਮਾੜਾ ਮੋਟਾ ਬੰਦੇ ਨੂੰ ਜੋਸ਼ ਆਇਆ ਹੁੰਦਾ, ਪੁਆਇੰਟ ਪੁਆਇੰਟ ਇੱਧਰ ਹੋ ਗਿਆ ਵੀ ਇੱਕ ਇੱਕ ਪੁਆਇੰਟ 'ਤੇ ਜਿੱਤ ਹਰਾਉਂਦੀ। ਬਿਲਕੁਲ, ਸੋ ਇਹ ਉਹ ਚੀਜ਼ਾਂ ਨੇ ਜਿੱਦਾਂ ਮੇਨ ਤਾਂ ਉਹੀ ਆ ਗਿਆ ਫਿਰ ਵੀ ਜਦੋਂ ਅਗਰੈਸ਼ਨ ਵਾਲੀ ਗੇਮ ਹੈ ਤਾਂ ਫਿਰ ਹਾਂਜੀ ਮਾੜਾ ਮੋਟਾ ਹੋ ਹੀ ਜਾਂਦਾ ਜੀ, ਰੌਲਾ ਰੱਪਾ ਤਾਂ ਪੈਣਾ ਹੀ ਪੈਣਾ। ਸੋ ਬੜੀ ਵਾਰੀ ਵੇਖਣ ਦੇ ਵਿੱਚ ਆਉਂਦਾ ਸੋਨੀ ਜੀ, ਜਿੱਦਾਂ ਤੁਸੀਂ ਹੁਣ ਕੈਪਟਨ ਵੀ ਹੋ ਟੀਮ ਦੇ ਤੁਸੀਂ, ਅਤੇ ਜਿਹੜੇ ਬਾਹਰ ਦਰਸ਼ਕ ਵੇਖਣ ਆਏ ਹੁੰਦੇ ਨਾ ਉਹਨਾਂ ਦੇ ਬੜੀ ਵਾਰੀ ਮੈਂ ਵੇਖਿਆ ਮੈਚਾਂ ਦੇ ਵਿੱਚ ਗਿਲੇ ਸ਼ਿਕਵੇ ਹੁੰਦੇ, ਉਹ ਚਾਹੁੰਦੇ ਨਹੀਂ ਹੁੰਦੇ ਵੀ ਮੈਚ ਕਿਸੇ ਵੀ ਹਾਲਤ ਦੇ ਵਿੱਚ ਰੁਕੇ ਅਤੇ ਸਾਡਾ ਜਿਹੜਾ ਐਂਟਰਟੇਨਮੈਂਟ ਆ ਜਾਂ ਜਿਹੜਾ ਆਪਾਂ ਵੇਖਣਾ ਹੈ ਕਬੱਡੀ ਉਹ ਲਗਾਤਾਰ ਚੱਲਦੀ ਰਹੇ। ਸੋ ਇੱਦਾਂ ਦੇ ਪਲੇਅਰਾਂ ਨੂੰ ਵੀ ਕਈ ਗਿਲੇ ਸ਼ਿਕਵੇ ਹੋਣਗੇ ਬਾਹਰ, ਕੋਈ ਬੜੀ ਵਾਰੀ ਆਪਾਂ ਪੁੱਛਣ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਆਪਾਂ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਵੀ ਇਹ ਜਿਹੜੇ ਖੇਡ ਰਹੇ ਇਹਨਾਂ ਦੀ ਵੀ ਕੋਈ ਪ੍ਰੋਬਲਮ ਹੋਊਗੀ, ਕੋਈ ਇੱਦਾਂ ਦੀ ਪ੍ਰੋਬਲਮ ਜਾਂ ਇੱਦਾਂ ਦਾ ਕੋਈ ਮੈਸੇਜ ਸਾਡੇ ਵੇਖਣ ਵਾਲਿਆਂ ਨੂੰ ਵੀ ਦੇਣਾ ਚਾਹੁੰਦੇ ਹੋ ਵੀ ਤੁਸੀਂ ਵੀ ਥੋੜ੍ਹਾ ਜਿਹਾ ਇਸ ਚੀਜ਼ ਦੇ ਉੱਤੇ ਧਿਆਨ ਦਿਓ? ਨਹੀਂ ਜੀ ਇੱਦਾਂ ਵਾ ਲੋਕਾਂ ਨੂੰ ਹੁੰਦਾ ਵੀ ਮੈਚ ਦੇਖਣਾ ਹੈ, ਅਗਲਾ ਕੰਮ ਛੱਡ ਕੇ ਆਉਂਦਾ, ਮੈਚ ਵੀ ਵਧੀਆ ਹੋਣੇ ਚਾਹੀਦੇ ਆ, ਥੋੜ੍ਹਾ ਜਿਹਾ ਕਈ ਵਾਰ ਜਦੋਂ ਕਮੇਟੀਆਂ ਕਰ ਜਾਂਦੀਆਂ ਜੀ ਵੀ ਜਦੋਂ ਟੂਰਨਾਮੈਂਟ ਕਮੇਟੀ ਆ ਟੂਰਨਾਮੈਂਟ ਕਰਾ ਰਹੀ ਆ, ਪਹਿਲਾਂ ਉਹ ਹੋਰ ਚੀਜ਼ਾਂ ਨੂੰ ਪਹਿਲ ਦੇ ਜਾਂਦੇ ਆ, ਮੈਚ ਹਨੇਰੇ 'ਤੇ ਚੱਲ ਜਾਂਦਾ ਜੀ, ਹਨੇਰੇ 'ਤੇ ਜੋ ਜਾਂਦਾ ਪਲੇਅਰ ਦੇ ਸੱਟ ਫੇਟ ਵੱਜਣ ਦਾ ਵੀ ਹੁੰਦਾ, ਹੁਣ ਜਿਹੜਾ ਬੰਦਾ ਦੇਖਦਾ ਮੈਚ ਉਹ ਤਾਂ ਦੋ ਕੋਟ ਪਾਈ ਖੜਾ ਹੁੰਦਾ ਅਤੇ ਪਲੇਅਰ ਉੱਦਾਂ ਹੁੰਦੇ ਆ ਨਾ ਵੀ ਥੋੜ੍ਹਾ ਜਿਹਾ ਟਾਈਮ ਜਦੋਂ 2 ਦਿਨ ਤੁਸੀਂ ਟੂਰਨਾਮੈਂਟ ਕਰਾਉਣਾ ਜੀ ਵੀ ਥੋੜ੍ਹਾ ਫਾਈਨਲ ਮੈਚ ਚਾਹੀਦਾ ਵੀ ਆਪਾਂ ਨੂੰ ਵੀ 4 to 5 ਵਜੇ ਦੇ ਵਿੱਚ ਖਤਮ ਕਰ ਦੇਣਾ ਚਾਹੀਦਾ ਜੀ, ਜੇ 1 ਦਿਨ ਮੈਚ ਆ ਚਲੋ ਫਿਰ ਤਾਂ ਲੇਟ ਹੋਈ ਜਾਣੇ, 2 ਦਿਨਾਂ ਇੰਨੀਆਂ ਕਿੰਨੀਆਂ ਟੀਮਾਂ 10 ਟੀਮਾਂ ਵਾ ਅਤੇ 2 ਟੀਮਾਂ 'ਚ 2 ਦਿਨਾਂ 'ਚ ਆਪਾਂ ਕਵਰ ਕਰ ਹੀ ਸਕਦੇ ਹਾਂ ਵੀ ਟਾਈਮ ਸਿਰ ਹੋਵੇ, ਸਾਰੇ ਫੈਮਿਲੀ ਵਾਲੇ ਗਏ ਹੁੰਦੇ ਆ, ਅਗਲਾ ਵੀ ਉੱਥੋਂ ਟਾਈਮ ਨਾਲ ਤੁਰੇ, ਅਗਲਾ ਵੀ ਜਿਵੇਂ ਵੀ ਕਿਸੇ ਨੇ ਜਾਣਾ ਵਾ ਬੰਦਾ 10-11 ਵਜੇ ਦੇ ਨੂੰ ਆਪਦੇ ਘਰ ਆ ਸਕਦਾ ਵਾ, ਜਿਹੜਾ ਵੀ 5 ਵਜੇ ਮੈਚ ਖਤਮ ਹੋਇਆ ਦੇਖ ਕੇ ਵਾਪਸ ਆ ਜਾਂਦਾ, ਕਿਉਂਕਿ ਕਮੇਟੀਆਂ ਨੂੰ ਵੀ ਥੋੜ੍ਹਾ ਚਾਹੀਦਾ, ਫਿਰ ਲੋਕਾਂ ਨੂੰ ਵੀ ਜਦੋਂ ਹਨੇਰਾ ਹੁੰਦਾ ਕਈ ਪੁਆਇੰਟ ਦਾ ਰੌਲਾ ਪੈਂਦਾ, ਫਿਰ ਲੋਕ ਕਹਿੰਦੇ ਆ ਵੀ ਸਾਡਾ ਵੀ ਸਵਾਦ ਨਹੀਂ ਆ ਰਿਹਾ ਜਾਂ ਰੌਲਾ ਪੈ ਗਿਆ ਹਨਾ ਜੀ। ਸੋ ਇਹ ਵਾਕਈ ਕੁਛ ਇੱਕ ਚੈਲੇਂਜਸ ਹੈਗੇ ਨੇ ਜੀ, ਬੜੀ ਵਾਰੀ ਆਪਾਂ ਇੱਕ ਪੱਖ ਆਪਾਂ ਹਮੇਸ਼ਾ ਸੁਣ ਲੈਂਦੇ ਪਰ ਪਲੇਅਰਾਂ ਦੇ ਵੱਲੋਂ ਕਦੀ ਵੀ ਸ਼ਾਇਦ ਕਦੀ ਕੋਈ ਪੱਖ ਨਹੀਂ ਸੁਣਿਆ ਗਿਆ। ਸੋ ਸੋਹਣੇ ਪੁਆਇੰਟ ਸੋਨੀ ਜੀ ਨੇ ਇੱਥੇ ਰੱਖੇ, ਸੋ ਆਸ ਕਰਦੇ ਹਾਂ ਜਿਹੜੇ ਪ੍ਰਬੰਧਕ ਨੇ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਦੇ ਉੱਤੇ ਧਿਆਨ ਦੇਣਗੇ। ਸੋ ਸੋਨੀ ਜੀ ਕੋਈ ਇੱਦਾਂ ਦਾ ਕੋਈ ਯਾਦਗਾਰੀ ਪਲ ਕੋਈ ਇੰਡੀਆ ਦਾ ਸਾਡੇ ਨਾਲ ਸਾਂਝਾ ਕਰਨਾ ਚਾਹੋ, ਸਾਡੇ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੋ, ਜਦੋਂ ਬੜਾ ਮਜ਼ਾ ਆਇਆ ਹੋਵੇ ਵੀ ਆਹ ਯਾਰ ਆਹ ਨਜ਼ਾਰੇਦਾਰ ਹੁਣ ਹੋਇਆ ਕੰਮ? ਨਹੀਂ ਜੀ ਇੱਦਾਂ ਤਾਂ ਮੈਚਾਂ 'ਤੇ ਤਾਂ ਚਲੋ ਜੀ ਸਾਰੇ ਹੀ ਆਪਾਂ ਨੂੰ ਵਧੀਆ ਹੁੰਦੇ ਆ ਨਾ ਜੀ, ਜਿਵੇਂ ਹੁਣ ਆਪਣਾ ਜਦੋਂ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੱਢਿਆ ਜੇ ਬਾਜਾ ਖਾਨਾ ਤੋਂ ਮੈਂ ਬੈਸਟ ਰੇਡਰ ਨਿਕਲਿਆ ਜੀ, ਉਹ ਮੈਨੂੰ ਬੜੀ ਖੁਸ਼ੀ ਹੋਈ ਹੈ ਨਾ। ਫਿਰ ਜਦੋਂ ਅਸੀਂ ਇੱਥੇ 2011 'ਚ ਸੈ ਗੇਮਾਂ ਜਿੱਤੀਆਂ ਜੀ ਜੀ, ਅਤੇ ਹਮੇਸ਼ਾ ਹੀ ਜਦੋਂ ਉਹਦੇ ਅਸੀਂ ਜੁੜੇ ਹਾਂ, ਮੈਂ ਅਤੇ ਗੱਲੀ ਇਕੱਠੇ ਹੀ ਕਲੱਬ ਨਾਲ ਜੁੜੇ ਹਾਂ ਜੀ। ਬਿਲਕੁਲ ਜੀ, ਗੱਲੀ ਤਾਂ ਆਪਾਂ ਕਿੱਦਾਂ ਭੁੱਲ ਸਕਦੇ ਹਾਂ, ਗੱਲੀ ਵੀ ਇੱਕ ਨਾਮਵਰ ਰੇਡਰ। ਹਾਂਜੀ, ਅਤੇ ਅਸੀਂ ਇਕੱਠੇ ਹੀ ਉਦੋਂ ਦੇ ਕਲੱਬ ਨਾਲ ਜੁੜੇ ਹੋਏ ਹਾਂ, ਅਤੇ ਉੱਥੇ ਅਸੀਂ ਵੀ ਉਹਨਾਂ ਨੇ ਨੋਨ ਸਟੋਪ 48 ਕਬੱਡੀਆਂ ਪਾ ਕੇ ਜੀ ਜਣੀ ਮੈਚ ਜਿੱਤਿਆ ਸਾ ਗੇਮਾਂ ਉਦੋਂ ਜੀ। ਹਾਂਜੀ, ਸਿੰਘ ਸਭਾ ਲਈ। ਸੋ ਸੋਨੀ ਜੀ ਜਿੱਦਾਂ ਹੁਣ ਇਸ ਟਾਈਮ ਜੇ ਵੇਖਿਆ ਜਾਵੇ ਤਾਂ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਭਰ 'ਚ ਜਿਹੜੇ ਟੂਰਨਾਮੈਂਟ ਹੁੰਦੇ ਆ, ਉੱਥੇ ਇੱਕ ਨਾਂ ਜਿਹੜਾ ਵਾਰ ਵਾਰ ਮਾਈਕਾਂ ਦੇ ਵਿੱਚ ਗੂੰਜਦਾ ਸੋਨੀ ਕੌਂਕੇ, ਜਦੋਂ ਰੇਡ ਦੇ ਉੱਤੇ ਨਿਕਲਦਾ ਸੋਨੀ ਕੌਂਕੇ ਤਾਂ ਫਿਰ ਕਾਫੀ ਐਕਸਾਈਟਮੈਂਟ ਵੱਧ ਜਾਂਦੀ ਹੈ। ਕਦੀ ਉਸ ਚੀਜ਼ ਦਾ ਵੀ ਪ੍ਰੈਸ਼ਰ ਆਉਂਦਾ ਵਾ ਵੀ ਮੇਰਾ ਹੁਣ ਇੰਨਾ ਨਾਂ ਬਣ ਚੁੱਕਾ ਵਾ, ਅਤੇ ਪ੍ਰੈਸ਼ਰ ਆਪਣੇ ਆਪ ਹੀ ਵੱਧ ਜਾਂਦਾ? ਨਹੀਂ ਜੀ, ਪਰ ਇੱਦਾਂ ਨਹੀਂ ਕਦੇ ਵੀ ਮਨ 'ਚ ਆਇਆ, ਬਸ ਆਪਾਂ ਨੂੰ ਇਹ ਹੁੰਦਾ ਜਦੋਂ ਆਪਾਂ ਗੇਮ ਖੇਡਣੀ ਆ, ਬਾਹਰ ਬਹੁਤ ਲੋਕ ਖੜ੍ਹੇ ਹੁੰਦੇ, ਆਪਾਂ ਬਾਹਰ ਨਹੀਂ ਦੇਖੀਦਾ, ਹਾਂਜੀ ਆਪਾਂ ਫਿਰ ਮੈਚ 'ਚ ਧਿਆਨ ਦੇਈਦਾ। ਬਾਹਰ ਜਿਹੜੇ ਮੇਰੇ ਫਰੈਂਡ ਵੀ ਹੁੰਦੇ ਆ, ਉਹ ਵੀ ਮੈਨੂੰ ਆਵਾਜ਼ਾਂ ਮੰਨਣਗੇ ਸੋਨੀ ਸੋਨੀ ਕਹਿ ਕੇ, ਅਤੇ ਮੈਂ ਉਹਨਾਂ ਨੂੰ ਹੱਥ ਖੜ੍ਹਾ ਕਰ ਦੂੰਗਾ ਬਾਅਦ 'ਚੋਂ। ਮੇਰੇ ਬਾਹਰ ਆਏ ਨਾ, ਮੇਰੇ ਨਾਲ ਗੁੱਸੇ ਵੀ ਹੁੰਦੇ ਆ ਨਾ ਵੀ ਯਾਰ ਤਾਂ ਅਸੀਂ ਤੈਨੂੰ ਆਵਾਜ਼ਾਂ ਮਾਰਦੇ ਤੂੰ ਦੇਖਿਆ ਨਹੀਂ, ਸਟਾਰ ਬਣ ਗਿਆ। ਹਾਂਜੀ, ਪਰ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀਰੇ ਵੀ ਯਾਰ ਗਰਾਊਂਡ 'ਚ ਆ ਕੇ ਨਹੀਂ ਮੈਂ ਬੋਲਦਾ, ਵੀ ਜਿਵੇਂ ਸਾਡਾ ਕਲੱਬ ਵਾਲਾ ਵੀ ਮੈਨੂੰ ਕੋਈ ਕਵੇ ਆ ਕੇ, ਮੈਂ ਵੀ ਨਹੀਂ ਉਹਦੀ ਵੀ ਨਹੀਂ ਮੈਂ ਕਈ ਵਾਰੀ ਸੁਣਦਾ ਹੁੰਦਾ ਗੱਲ ਵੀ, ਕਿਉਂਕਿ ਜਿਹੜਾ ਮੈਚ ਆ ਧਿਆਨ ਆਪਾਂ ਮੈਚ ਹੀ ਰੱਖੀਦਾ ਜੀ, ਅਤੇ ਕਿਉਂਕਿ ਜੇ ਬਾਹਰ ਹੀ ਆਪਾਂ ਦੇਖੀ ਗਏ ਉਹ ਆਪਣੇ ਸਾਰੇ ਫਰੈਂਡ ਹੀ ਹੁੰਦੇ ਆ, ਜਿੰਨੇ ਲੋਕ ਬਾਹਰ ਬੈਠੇ ਆ ਸਾਰੇ ਆਪਾਂ ਨੂੰ ਪਿਆਰ ਕਰਦੇ, ਇੱਕ ਨੂੰ ਬੁਲਾ ਲਿਆ ਆਪਾਂ ਦੂਜਾ ਹੈ ਨਾ, ਅਤੇ ਉਹਦੇ ਕਰਕੇ ਉਹ ਬਾਅਦ 'ਚ ਕਹਿੰਦੇ ਹੁੰਦੇ ਆ ਕਹਿੰਦੇ ਯਾਰ ਤੂੰ ਦੇਖਦਾ ਨਹੀਂ ਸਾਡੇ ਵੱਲ। ਮੈਂ ਕਿਹਾ ਯਾਰ ਵੀ ਗੁੱਸਾ ਨਾ ਵੀਰੇ ਕਰਿਓ, ਯਾਰ ਮੇਰੀ
ਜੀ ਕਬੱਡੀ ਵੇਲੇ ਸਿਰਫ ਕਬੱਡੀ ਸੋਨੀ ਜੀ ਦੋ ਦੌਰ ਜਿਹੜੇ ਹੁਣ ਮੈਂ ਅਕਸਰ ਮੈਂ ਸਾਰੇ ਪਲੇਅਰਸ ਨਾਲ ਇਹ ਗੱਲ ਜਿਹੜੀ ਮੈਂ ਸਾਂਝੀ ਕਰ ਰਿਹਾ ਹੁਣ ਦੋ ਤੁਹਾਡਾ ਜਿਹੜਾ ਇੱਕ ਸਟਾਈਲ ਆ ਉਹ ਇੱਕ ਅਲੱਗ ਅੰਦਾਜ਼ ਆ ਇੱਕ ਦੂਜਾ ਟੱਪਣ ਵਾਲਾ ਅੱਜ ਕੱਲ੍ਹ ਸਟਾਈਲ ਚੱਲ ਪਿਆ ਕਬੱਡੀ ਦੇ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਵਾ ਮਤਲਬ ਉਹ ਛਾਲਾਂ ਮਾਰ ਕੇ ਅਤੇ ਸਰੀਰ ਸਰੂਰ ਬਣਾ ਕੇ ਛਾਲਾਂ ਮਾਰਨੀਆਂ ਪਲੇਅਰਾਂ ਨੂੰ ਹੱਥ ਲਾ ਕੇ ਅਤੇ ਮਤਲਬ ਉਹ ਸਪੀਡ ਵਾਲਾ ਕਹਿ ਲਓ ਤੁਸੀਂ ਇੱਕ ਜ਼ੋਰ ਵਾਲਾ ਜਿੱਦਾਂ ਤੁਹਾਡਾ ਸਟਾਈਲ ਆ ਇੱਕ ਸਪੀਡ ਵਾਲਾ ਆ ਗਿਆ ਕੀ ਫਰਕ ਲੱਗਦਾ ਤੁਹਾਨੂੰ ਦੋਵਾਂ ਦੇ ਵਿੱਚ ਅਤੇ ਕੀ ਇਹ ਮਤਲਬ ਜਿਹੜਾ ਚੇਂਜ ਹੁਣ ਇਸ ਟਾਈਮ ਕਬੱਡੀ ਦੇ ਵਿੱਚ ਆਇਆ ਵਾ ਇਹਨੂੰ ਕਿੱਦਾਂ ਵੇਖਦੇ ਹੋ ਤੁਸੀਂ? ਇਹ ਜੀ ਇੱਦਾਂ ਹੀ ਆ ਜਿਹੜੇ ਇੱਥੇ ਹੁਣ ਵੀ ਜਿੱਦਾਂ ਭਾਰੇ ਰੇਡਰ ਹੈਗੇ ਆ ਜਿਹੜਾ ਬੰਦਾ ਭਾਰਾ ਵਾ ਰੇਡਰ ਥੋੜ੍ਹਾ ਜਿਹਾ ਉਹਨੇ ਤਾਂ ਉਵੇਂ ਟੈਕੀ ਰੇਡ ਪਾਉਣੀ ਹੈ ਜੀ ਜੀ ਉਹਨੇ ਭੜਕੇ ਹੀ ਪੁਆਇੰਟ ਲੈ ਕੇ ਜਾਣਾ ਹਰੇਕ ਰੇਡ 'ਤੇ ਉਵੇਂ ਹੀ ਜਾਣਾ ਰੇਡ ਵੀ ਆਪਦੀ ਆਈ ਜਾਣਾ ਹੁਣ ਕਈ ਪਲੇਅਰ ਆ ਉਹ ਆਪਦੀ ਐਕਸਰਸਾਈਜ਼ ਹੀ ਉੱਦਾਂ ਕਰਦੇ ਆ ਗੇਮ ਹੀ ਫੁਰਤੀ ਦੀ ਆ ਉਹਨਾਂ ਦੀ ਵੀ ਟੱਚ ਲਾਇਆ ਸਪਰਿੰਟ ਮਾਰੀ ਪਾੜੇ 'ਤੇ ਅਤੇ ਜੇ ਉਹਨਾਂ ਨੂੰ ਫੜ ਲਿਆ ਕਿਸੇ ਨੇ ਉਹਨਾਂ ਨੇ ਫਿਰ ਜ਼ੋਰ ਵੀ ਨਹੀਂ ਲਾਉਣਾ ਕਈ ਵਾਰ ਇੱਦਾਂ ਵੀ ਹੁੰਦੀ ਆ ਜੀ ਅਤੇ ਉਹ ਆਪੋ ਆਪਣਾ ਜਿਵੇਂ ਜਦੋਂ ਖੇਡਦੇ ਆ ਬੰਦੇ ਦਾ ਸਟਾਈਲ ਬਣ ਜਾਂਦਾ ਜੀ ਉਵੇਂ ਹੀ ਫਿਰ ਬੰਦਾ ਉਹਨੂੰ ਚੇਂਜ ਨਹੀਂ ਕਰ ਪਾਉਂਦਾ ਜੇ ਉਹ ਜਿਹੜਾ ਫੁਰਤੀ ਵਾਲਾ ਰੇਡਰ ਆ ਉਹ ਆਪਦਾ ਵੇਟ ਵਧਾ ਕੇ ਵੀ ਖੇਡਣਾ ਚਾਹੂਗਾ ਕਈ ਵਾਰ ਉਹ ਤੋਂ ਉਹੀ ਗੇਮ ਖੇਡਣੀ ਹੁੰਦੀ ਨਹੀਂ ਦੀ ਹਾਂਜੀ ਅਤੇ ਜਿਹੜਾ ਹੈਵੀ ਰੇਡਰ ਆ ਉਹ ਕਹੂਗਾ ਮੈਂ ਬਾਹਲਾ ਵੇਟ ਘਟਾ ਕੇ ਖੇਡਣਾ ਉਹ ਤੋਂ ਵੀ ਨਹੀਂ ਉਹ ਗੱਲ ਮੰਨਦੀ ਜਿਹਦੀ ਜਿੱਦਾਂ ਦੇ ਬਣ ਜਾਂਦਾ ਵਾ ਉਹਨੂੰ ਉੱਥੇ ਹੀ ਰਹਿਣਾ ਪੈਂਦਾ ਜੀ ਉਵੇਂ ਹੀ ਫਿਰ ਉਹ ਆਪਦੀ ਪ੍ਰੈਕਟਿਸ ਕਰਦਾ ਸ਼ੁਰੂ ਤੋਂ ਉਸ ਟਾਈਮ ਪੱਕ ਜਾਂਦਾ ਸਟਾਈਲ ਬਣ ਜਾਂਦਾ ਜੀ ਅਤੇ ਕੋਈ ਇੱਦਾਂ ਦੀ ਸਟ੍ਰੈਟਜੀ ਪਹਿਲਾਂ ਚੱਲਦੀ ਆ ਵੀ ਹੁਣ ਆਪਾਂ ਇਸ ਟੀਮ ਦੇ ਨਾਲ ਖੇਡਣਾ ਅਤੇ ਉਸ ਟੀਮ ਦੇ ਆਹ ਪਲੇਅਰ ਦੀ ਆਹ ਕਮਜ਼ੋਰੀ ਆ ਉਹਨੂੰ ਆਪਾਂ ਕੈਚ ਕਰਨਾ ਉਹ ਇੱਦਾਂ ਦੀਆਂ ਸਟ੍ਰੈਟਜੀਜ਼ ਪਹਿਲਾਂ ਬਣਾਉਣੀਆਂ ਹਾਂਜੀ ਇਹ ਬਣਾਉਣੀਆਂ ਪੈਂਦੀਆਂ ਜੀ ਸਾਨੂੰ ਜਿੱਦਾਂ ਅਸੀਂ ਮੈਚ ਜਿੱਤਣ ਲਈ ਕੋਈ ਵੀ ਜਦੋਂ ਅਸੀਂ ਮੈਚ ਖੇਡਦੇ ਹਾਂ ਸਾਡਾ ਮੇਨ ਸਟੋਪਰ ਆ ਉਹਨੂੰ ਅਸੀਂ ਕਹੀਦਾ ਯਾਰ ਵੀ ਤੂੰ ਉਹਨੂੰ ਨਾ ਲੱਗੀ ਪਹਿਲਾਂ ਤੂੰ ਦੂਜੇ ਨੂੰ ਫੜੀ ਆਪਾਂ ਪੁਆਇੰਟ ਉੱਤੇ ਕਰਨੇ ਆ ਬਾਅਦ 'ਚ ਦੇਖਾਂਗੇ ਉਹਦਾ ਕੀ ਬਣਦਾ ਹੈ ਨਾ ਜੀ ਅਤੇ ਰੇਡਰਾਂ ਦੇ ਤਾਂ ਚਲੋ ਸਾਰਿਆਂ ਨੇ ਸੇਮ ਹੀ ਪਾਉਣੀ ਹੁੰਦੀ ਆ ਰੇਡਰਾਂ ਦਾ ਅਸੀਂ ਇਹ ਕਰ ਲੈਂਦੇ ਹੁੰਦੇ ਹਾਂ ਕਈ ਵਾਰ ਵੀ ਮੂਹਰੇ ਟੀਮ ਤਕੜੀ ਆ ਤਾਂ ਵੀ ਪਹਿਲਾਂ ਆਪਾਂ ਤਿੰਨੇ ਪਾਵਾਂਗੇ ਜੇ ਕਿਸੇ ਨੂੰ ਸਟੋਪ ਲੱਗ ਗਈ ਤੂੰ ਰੁਕ ਜਾਣਾ ਅਤੇ ਅਸੀਂ ਪਾ ਦਿਆਂਗੇ ਵੀ ਇੱਦਾਂ ਦਾ ਕਰਨਾ ਹੀ ਪੈਂਦਾ ਜੀ ਜਿੱਤਣ ਲਈ ਮੈਚ ਲਈ ਉਹ ਤੁਹਾਨੂੰ ਸਟ੍ਰੈਟਜੀ ਜਿਹੜੀ ਆ ਉਹ ਕਰਨੀ ਪੈਂਦੀ ਆ ਸੋ ਕੋਈ ਭਲਵਾਨ ਜੀ ਤੁਹਾਡੇ ਵੀ ਕੋਈ ਫਿਊਚਰ ਪਲਾਨ ਹੋਣ ਕੱਲ੍ਹ ਨੂੰ ਚਲੋ ਪਰਿਵਾਰ ਅੱਗੇ ਵਧਣਾ ਅਤੇ ਪਰਿਵਾਰ ਦੇ ਵਿੱਚ ਤੁਹਾਨੂੰ ਲੱਗਦਾ ਕੋਈ ਕਾਫੀ ਸਾਰੀਆਂ ਇੰਜਰੀਜ਼ ਇਸ ਚੀਜ਼ ਦੇ ਨਾਲ ਜੁੜੀਆਂ ਹੁੰਦੀਆਂ ਤੁਹਾਡੇ ਕਬੱਡੀ ਦੇ ਵਿੱਚ ਬਹੁਤ ਸਾਰੀਆਂ ਇੰਜਰੀਜ਼ ਹੋ ਜਾਂਦੀਆਂ ਅਤੇ ਕੱਲ੍ਹ ਨੂੰ ਜੇ ਪਰਿਵਾਰ ਦੇ ਵਿੱਚੋਂ ਕੋਈ ਖੇਡਣਾ ਚਾਹੇ ਤੁਹਾਡਾ ਬੇਟਾ ਤਾਂ ਤੁਸੀਂ ਅਲਾਓ ਕਰੋਗੇ ਜਾਂ ਉਹਨੂੰ ਹੋਰ ਕਿਸੇ ਗੇਮ ਵੱਲ ਲੈ ਕੇ ਜਾਓਗੇ? ਹਾਂਜੀ ਇੱਥੇ ਜੀ ਹੁਣ ਜਿਵੇਂ ਮੰਨ ਲਓ ਆਪਣੇ ਇੱਥੇ ਫੈਮਿਲੀ 'ਚ ਮੇਰੇ 'ਚ ਜਿਵੇਂ ਮੇਰੀ ਵਾਈਫ ਆ ਨਾ ਜੀ ਅਤੇ ਮੇਰਾ ਬੇਟਾ ਜਿੱਦਾਂ ਗੁਰਵੀਰ ਆ ਅਤੇ ਬੇਟੀ ਨਵਲੀਨ ਜੀ ਉਹ 8 ਸਾਲ ਦੀ ਹੈ ਬੇਟੀ ਬੇਟਾ 2 ਸਾਲ ਦਾ ਹੋਣ ਵਾਲਾ ਜੀ ਜੀ ਪਰ ਜਿਵੇਂ ਹੁਣ ਮੈਂ ਖੇਡਣ ਵੀ ਜਾਂਦਾ ਵਾਂ ਗੁੜੀਆਂ ਦਾ ਮੇਰੀ ਨੂੰ ਬਹੁਤ ਉਹਨੂੰ ਤਾਂ ਪਤਾ ਨਾ ਬੇਟੀ ਨੂੰ ਵੀ ਡੈਡੀ ਜਾਂਦਾ ਵਾ ਜਦੋਂ ਆਈ ਦਾ ਟਰੋਫੀ ਲੈ ਕੇ ਡੈਡੀ ਟਰੋਫੀ ਕਿੱਥੇ ਆ ਉਹਨੂੰ ਵੀ ਹੁਣ ਛੋਟੇ ਨੂੰ ਵੀ ਪਤਾ ਲੱਗਣ ਲੱਗ ਗਿਆ ਬਾਕੀ ਜੀ ਫਿਰ ਆਪਣੇ ਘਰਦਿਆਂ ਦਾ ਸਹਿਯੋਗ ਹੋਣਾ ਚਾਹੀਦਾ ਜਿਵੇਂ ਮੇਰੀ ਵਾਈਫ ਦਾ ਵੀ ਹੈ ਕਿਤੇ ਵੀ ਖੇਡਣ ਜਾਣਾ ਉਹਨੇ ਨਹੀਂ ਕਦੇ ਕਹਿਣਾ ਵੀ ਜਾਂ ਵੀ ਇੱਦਾਂ ਵਾ ਨਾਲ ਸਹਿਯੋਗ ਦਿੱਤਾ ਪੂਰਾ ਹੈ ਨਾ ਅਤੇ ਜਿਵੇਂ ਹੁਣ ਬੇਟੇ ਦੀ ਆਪਾਂ ਗੱਲ ਕਰਦੇ ਹਾਂ ਖੇਡਣ ਦੀ ਆ ਗੱਲ ਵੀ ਜਿਵੇਂ ਆਪਾਂ ਟਰਾਈ ਕਰਾਂਗੇ ਵੀ ਜੇ ਉਹ ਚਾਹੂਗਾ ਵੀ ਖੇਡਣੀ ਕਬੱਡੀ ਉਹਨੂੰ ਖਿਡਾਵਾਂਗੇ ਜੇ ਉਹ ਹੋਰ ਸਪੋਰਟਸ ਕੋਈ ਖੇਡਣਾ ਜਾਊਗਾ ਆਪਾਂ ਉਹ ਖਿਡਾਵਾਂਗੇ ਪਰ ਰੱਖਣਾ ਸਪੋਰਟਸ ਮੈਂ ਹਾਂਜੀ ਇਹ ਨਹੀਂ ਗਾ ਵੀ ਆਪਾਂ ਉਹ ਤੇ ਵੀ ਤੱਫਾ ਲਾ ਦੇਣਾ ਵੀ ਇੱਕ ਵੀ ਹਾਂਜੀ ਵੀ ਮੈਂ ਕਬੱਡੀ ਖੇਡਦੇ ਤਾਂ ਕਬੱਡੀ ਖੇਡਣੀ ਆ ਜੀ ਕਿਉਂਕਿ ਆਪਾਂ ਜਦੋਂ ਇੰਡੀਆ ਪੰਜਾਬ 'ਚ ਖੇਡਦੇ ਹਾਂ ਇੰਡੀਆ ਪੰਜਾਬ ਦੀ ਗੇਮ ਹੀ ਜੀ ਮੇਨ ਕਬੱਡੀ ਆ ਬਿਲਕੁਲ ਵੀ ਕਿਉਂਕਿ ਜਿਹੜੇ ਨੋਰਮਲ ਘਰਾਂ ਦੇ ਵੀ ਆ ਸਾਰੇ ਮਿਡਲ ਕਲਾਸ ਫੈਮਿਲੀ ਦੇ ਬੰਦੇ ਸਾਰੇ ਕਬੱਡੀ ਦੇ ਸਿਰ 'ਤੇ ਬਹੁਤ ਜਾਣੇ ਬਾਹਰ ਸੈੱਟ ਹੋਏ ਆ ਸਾਰੇ ਜੀ ਅਸੀਂ ਵੀ ਮੰਨ ਲਓ ਇੱਥੇ ਕਬੱਡੀ ਦੇ ਸਿਰ 'ਤੇ ਸਾਡਾ ਬਹੁਤ ਜਾਣੀ ਸਹਿਯੋਗ ਮਿਲਿਆ ਜੀ ਕਲੱਬ ਵਾਲਿਆਂ ਦਾ ਜੀ ਅਤੇ ਪਰ ਇੱਥੇ ਜਿਵੇਂ ਹੁਣ ਆਸਟ੍ਰੇਲੀਆ 'ਚ ਇੱਥੇ ਸਹੂਲਤਾਂ ਬਹੁਤ ਆ ਜੇ ਨਿਆਣਾ ਕੋਈ ਹੋਰ ਵਧੀਆ ਸਪੋਰਟਸ ਖੇਡਣਾ ਚਾਹੁੰਦਾ ਉਹ ਵੀ ਖੇਡੇ ਪਰ ਖੇਡਣੀ ਚਾਹੀਦੀ ਆ ਜੀ ਕੋਈ ਵੀ ਨਿਆਣਾ ਵਾ ਚਾਹੇ ਸਿਰੇ ਤੱਕ ਨਾ ਵੀ ਪਹੁੰਚੇ ਨਿਆਣੇ ਨੂੰ ਪਾਓ ਜ਼ਰੂਰ ਗੇਰਾਂ ਗੇਮਾਂ ਦੇ ਵਿੱਚ ਅਤੇ ਨਿਆਣਾ ਵਧੀਆ ਰਹਿੰਦਾ ਸਰੀਰ ਵਧੀਆ ਰਹਿੰਦਾ ਜੇ ਨਾ ਵੀ ਖੇਡੋ ਕੋਈ ਗੱਲ ਨਹੀਂ ਗੀ ਵੀ ਜ਼ਰੂਰੀ ਨਹੀਂ ਹੁੰਦਾ ਵੀ ਜੇ ਡਾਕਟਰ ਆ ਤਾਂ ਉਹਦਾ ਮੁੰਡਾ ਡਾਕਟਰ ਹੀ ਬਣੂਗਾ ਜੀ ਸਹੀ ਸਹੀ ਹਾਂਜੀ ਕਿਉਂਕਿ ਵੀ ਜਾਣੀ ਕਿਹੜਾ ਲਾਓ ਤੁਸੀਂ ਨਿਆਣੇ ਨੂੰ ਕੋਈ ਵੀ ਬੰਦਾ ਚਾਹੇ ਨਹੀਂ ਵੀ ਖੇਡਦਾ ਕੋਈ ਫੁੱਟਬਾਲ ਚਲਾ ਦਿਓ ਕਿਸੇ ਹੋਰ ਚਲਾ ਦਿਓ ਹੈ ਨਾ ਜੀ ਵੀ ਗੇਮ 'ਚ ਪਾਉਣਾ ਨਿਆਣੇ ਨੂੰ ਚਾਹੀਦਾ ਹੀ ਹੈ ਜੀ ਇੱਕ ਵਾਰ ਬਹੁਤ ਵਧੀਆ ਜੀ ਬਹੁਤ ਵਧੀਆ ਇੱਕ ਕੈਪਟਨ ਸੋਨੀ ਕੌਂਕੇ ਕਿਉਂ ਆ ਅਤੇ ਐਡਾ ਵਧੀਆ ਪਲੇਅਰ ਕਿਉਂ ਆ ਇੰਨਾ ਪੇਸ਼ੈਂਸ ਕਿਉਂ ਅੱਜ ਤੁਹਾਡੇ ਨਾਲ ਗੱਲਬਾਤ ਕਰਕੇ ਪਤਾ ਲੱਗਾ ਬਹੁਤ ਹੀ ਇੱਕ ਨਜ਼ਾਰੇਦਾਰ ਗੱਲਬਾਤ ਤੁਹਾਡੇ ਨਾਲ ਚੱਲ ਰਹੀ ਹੈ ਇਸ ਟਾਈਮ ਬੜਾ ਕੁਛ ਤੁਹਾਡੇ ਕੋਲੋਂ ਸਿੱਖਣ ਨੂੰ ਵੀ ਮਿਲਿਆ ਅਤੇ ਅਕਸਰ ਹੀ ਜਿੱਦਾਂ ਆਪਾਂ ਜਦੋਂ ਇਸ ਕਬੱਡੀ ਦੇ ਪਲੇਅਰ ਨਾਲ ਆਪਾਂ ਗੱਲ ਕਰਦੇ ਹਾਂ ਅਤੇ ਬਹੁਤ ਇੱਕ ਲਿਮਿਟਿਡ ਜੀ ਗੱਲਬਾਤ ਹੁੰਦੀ ਹੈ ਪਰ ਵਾਕਈ ਤੁਹਾਡੇ ਨਾਲ ਗੱਲਬਾਤ ਕਰਕੇ ਅਤੇ ਮਜ਼ਾ ਆ ਰਿਹਾ ਅਤੇ ਸਾਡੇ ਸਰੋਤਿਆਂ ਨੂੰ ਵੀ ਇਸ ਟਾਈਮ ਸੁਣ ਕੇ ਬਹੁਤ ਮਜ਼ਾ ਆ ਰਿਹਾ ਹੋਊਗਾ ਸੋ ਭਲਵਾਨ ਜੀ ਕੋਈ ਫਿਊਚਰ ਪਲਾਨ ਵੀ ਕੋਈ ਚੱਲ ਰਹੇ ਨੇ ਕੋਈ ਇਸ ਟਾਈਮ ਦੇ ਉੱਤੇ ਕਾਫੀ ਲੰਮੀ ਪਾਰੀ ਤੁਸੀਂ ਆਲਰੇਡੀ ਖੇਡ ਚੁੱਕੇ ਕਬੱਡੀ ਦੀ ਅਤੇ ਹੁਣ ਆਉਣ ਵਾਲੇ ਦਿਨਾਂ 'ਚ ਕੋਈ ਤੁਹਾਡਾ ਕੋਈ ਸੁਪਨਾ ਹੋਵੇ ਵੀ ਸੋਨੀ ਕੌਂਕੇ ਨੇ ਆਹ ਕਰਨਾ ਹਾਲੇ? ਬਸ ਜੀ ਹੁਣ ਤਾਂ ਇਹੀ ਆ ਵੀ ਖੇਡੀ ਜਾਂਦੇ ਹਾਂ ਹੁਣ ਤਾਂ ਕਹੀਦਾ ਵੀ ਚਲੋ ਯਾਰ ਵੀ ਬਹੁਤ ਖੇਡ ਲਈ ਆ ਵੀ ਬਸ ਕਰੀਏ ਪਰ ਇਹਦਾ
ਉਹਦਾ ਪਿਆਰ ਦਾ ਕਰਕੇ ਹੀ ਫਿਰ ਕਈ ਤਾਂ ਚੱਲ ਪ੍ਰੈਕਟਿਸ ਕਰ ਲੈਂਦੇ ਹਾਂ ਜੀ। ਬਾਕੀ ਹੁਣ ਜੀ ਤੁਹਾਨੂੰ ਪਤਾ ਕੰਮ ਕਾਰ ਜਿੱਥੇ ਪ੍ਰੈਕਟਿਸ ਉਨੀ ਹੁੰਦੀ ਨਹੀਂ ਜੀ, ਪਰ ਫਿਰ ਜੇ ਦੇਖੀਏ ਮੂਹਰੇ ਵਾਲੇ ਵੀ ਸਾਰਿਆਂ ਦੀ ਉਨੀ ਕੀ ਹੁੰਦੀ ਆ ਜੀ, ਜਦੋਂ ਕੋਈ ਨਵੇਂ ਪਲੇਅਰ ਹੁੰਦੇ ਆ ਉਦੋਂ ਫਰਕ ਪੈਂਦਾ ਜੀ, ਤੇ ਜਾਂ ਸਾਰੀਆਂ ਟੀਮਾਂ ਜੀ ਨਵੇਂ ਪਲੇਅਰ ਨਾਲ ਨਾਲ ਹੋਣ, ਦੋ ਦੋ ਸਾਰਿਆਂ ਨੂੰ ਲਈ ਹੋਣ ਜੀ, ਤੇ ਜਦੋਂ ਫਿਰ ਇੱਕ ਟੀਮ ਲਈ ਦੋ ਤਿੰਨ ਪਲੇਅਰ ਹੈਗੇ ਆ ਨਵੇਂ ਆਏ ਆ, ਫਿਰ ਦੂਜਿਆਂ ਨੂੰ ਥੋੜਾ ਹਾਰਡ ਹੋ ਜਾਂਦਾ, ਨਹੀਂ ਤਾਂ ਚਲੋ ਸਾਰਿਆਂ ਦਾ ਬੈਲੈਂਸ ਜਿਹਾ ਬਣਿਆ ਹੋਇਆ ਹੁੰਦਾ, ਸਾਰੇ ਕੰਮ ਕਰਦੇ ਸਾਰੇ ਪ੍ਰੈਕਟਿਸ ਕਰਦੇ ਆ, ਜਿਹੜਾ ਥੋੜੀ ਵੱਧ ਕਰ ਲੈਂਦਾ ਪ੍ਰੈਕਟਿਸ ਉਹ ਵਧੀਆ ਖੇਡ ਜਾਂਦਾ ਜੀ, ਜਿਹੜਾ ਘੱਟ ਕਰਦਾ ਉਹ ਥੋੜੇ ਘੱਟ ਖੇਡ ਜਾਂਦਾ ਜੀ। ਸਹੀ ਗੱਲ ਹੈ। ਤੇ ਸੋਨੀ ਜੀ ਤੁਹਾਡੇ ਵੀ ਕੋਈ ਪਸੰਦੀਦਾ ਪਲੇਅਰ ਹੋਣਗੇ, ਪਲੇਅਰਾਂ ਦੇ ਵੀ ਫੇਵਰੇਟ ਪਲੇਅਰ ਹੁੰਦੇ ਆ ਅੱਗੇ, ਤੁਹਾਡਾ ਕੋਈ ਪਸੰਦੀਦਾ ਰੇਡਰ ਪਸੰਦੀਦਾ ਜਾਫੀ ਕੋਈ ਸਾਂਝਾ ਕਰਨਾ ਚਾਹੋ? ਜਿੱਦਾਂ ਜੀ ਹੁਣ ਆਪਣੇ ਅਸੀਂ ਜਦੋਂ ਪਹਿਲਾਂ ਖੇਡਦੇ ਖੇਡਣਾ ਸ਼ੁਰੂ ਕੀਤਾ, ਜਾਣੀ ਕਿ ਖੇਡਦੇ ਵੀ ਨਹੀਂ ਹੁੰਦੇ ਸੀ ਰੱਖ ਲਓ ਜੀ, ਤੇ ਉਦੋਂ ਸਾਡੇ ਜਿੱਦਾਂ ਹੁੰਦੇ ਸੀਗੇ ਬੈਲੀ ਚੂੜ ਚੱਕ ਸਾਡਾ ਬਾਜ ਕੌਂਕੇ ਜੀ, ਤੇ ਹੋਰ ਪਲੇਅਰ ਹੁੰਦੇ ਸੀ ਸਾਡੇ ਏਰੀਏ ਦੇ ਗੁੱਕ ਹੁਣੀ, ਜਿੱਦਾਂ ਸਾਰਿਆਂ ਨੂੰ ਅਸੀਂ ਦੇਖਦੇ ਹੁੰਦੇ ਸੀ ਯਾਰ ਬੜੇ ਤਕੜੇ ਪਲੇਅਰ ਆ ਜੀ, ਵੀ ਅਸੀਂ ਦੂਰੋਂ ਖੜਿਆਂ ਨੇ ਦੇਖਣਾ ਹਨਾ ਬੈਲੀ ਬਾਈ ਹੁਣਾਂ ਨੂੰ, ਤੇ ਵੀ ਯਾਰ ਇਹਨਾਂ ਨਾਲ ਕਦੋਂ ਹੱਥ ਮਿਲਾਵਾਂਗੇ ਹਨਾ ਜੀ, ਫਿਰ ਆ ਕੇ ਵੀ ਜਾਣੀ ਅਸੀਂ ਉਹਨਾਂ ਨਾਲ ਇਕੱਠੇ ਖੇਡੇ ਇਕੱਠੇ ਬੈਠੇ ਹਨਾ ਜੀ, ਅਸੀਂ ਉਹਨਾਂ ਦਾ ਵੀ ਗੱਗੀ ਬਾਈ ਆ ਜਿੱਦਾਂ ਲੋਪੋ ਤੋਂ ਇਹਨਾਂ ਨਾਲ ਗੱਲ ਕਰਦੇ ਹੁੰਦੇ ਸੀ, ਬਾਈ ਯਾਰ ਐਂ ਲੱਗਦਾ ਹੁੰਦਾ ਸੀ ਉਹ ਮੂਹਰੋਂ ਗੱਗੀ ਬਾਈ ਵੀ ਕਹਿੰਦਾ ਕਹਿੰਦਾ ਯਾਰ ਜੋ ਅਸੀਂ ਹਰਜੀਤ ਉਹਨਾਂ ਨਾਲ ਖੇਡੇ ਹਾਂ, ਕਹਿੰਦਾ ਸਾਨੂੰ ਵੀ ਉਦੋਂ ਐਂ ਲੱਗਦਾ ਸੀ, ਕਹਿੰਦਾ ਮੈਂ ਹਰਜੀਤ ਉਹਨਾਂ ਨਾਲ ਖੇਡਣ ਗਿਆ, ਮੈਂ ਕਹਿੰਦਾ ਚੁੱਪ ਕੀਤਾ ਬੈਠਾ ਜੀ, ਕਹਿੰਦਾ ਹਰਜੀਤ ਕਹਿੰਦਾ ਵੀ ਤੂੰ ਗੱਗੀ ਚੁੱਪ ਕਿਉਂ ਬੈਠਾ, ਸੁਣਾ ਗੱਲਬਾਤ ਕੋਈ ਜੀ, ਕਹਿੰਦਾ ਵੀ ਅਸੀਂ ਵੀ ਆਏ ਸੀ ਵੀ ਯਾਰ ਉਹਨਾਂ ਤੋਂ ਅਸੀਂ ਜੂਨੀਅਰ ਪਲੇਅਰ ਹਾਂ ਵੀ ਉਹ ਸਾਡੇ ਸੀਨੀਅਰ ਆ ਹਾਂਜੀ, ਤੇ ਕਹਿੰਦਾ ਐਂ ਨਾ ਜਾ ਕਿਆ ਕਰੋ ਉਹਦੀ ਖੁੱਲ੍ਹ ਕੇ ਗੱਲ ਕਰਿਆ ਕਰੋ, ਬਾਅਦ 'ਚ ਚਲੋ ਉਹਨਾਂ ਨਾਲ ਹਜੇ ਤੱਕ ਵੀ ਆਪਣਾ ਵਧੀਆ ਪ੍ਰੇਮ ਆ ਜੀ, ਵੀ ਜਿੱਦਾਂ ਆਪਾਂ ਰਿਸਪੈਕਟ ਕਰੀਦੇ ਬਾਈ ਕਹਿ ਕੇ ਬੁਲਾਈਦੇ ਆ ਨਾ ਜੀ, ਤੇ ਜਾਣੀ ਫਿਰ ਬੰਦੇ ਨੂੰ ਬਹੁਤ ਹੌਸਲਾ ਹੁੰਦਾ ਜਿੱਦਾਂ ਨਵੇਂ ਪਲੇਅਰ ਨੂੰ ਜਦੋਂ ਆਪਾਂ ਤਕੜੇ ਨੂੰ ਦੇਖਦੇ ਹਾਂ ਬਾਅਦ 'ਚ ਉਹਦੇ ਨਾਲ ਖੇਡਣਾ ਉਹ ਬਹੁਤ ਵਧੀਆ ਜੀ ਹੁੰਦਾ ਜੀ, ਆਪਣੇ ਆਪ ਦੇ ਵਿੱਚ ਉਹ ਪ੍ਰਾਊਡ ਮੂਵਮੈਂਟਸ ਹੁੰਦੀਆਂ ਨੇ, ਤੁਸੀਂ ਉਹਨਾਂ ਦੇ ਨਾਲ ਇੱਕ ਟਾਈਮ ਦੇ ਉੱਤੇ ਬੰਦਾ ਹੱਥ ਮਿਲਾਉਣ ਨੂੰ ਉਹਨਾਂ ਨੂੰ ਮਿਲਣ ਨੂੰ ਤਰਸਦਾ, ਉਹਨਾਂ ਦੀਆਂ ਫੋਟੋਆਂ ਵੇਖਦਾ, ਤੇ ਬਾਅਦ ਵਿੱਚ ਤੁਸੀਂ ਉਹਨਾਂ ਦੇ ਨਾਲ ਖੇਡੋ, ਇਹਦੇ ਨਾਲੋਂ ਮੈਨੂੰ ਲੱਗਦਾ ਹੋਰ ਕੋਈ ਪ੍ਰਾਊਡ ਮੂਵਮੈਂਟਸ ਨਹੀਂ ਹੋਣਗੀਆਂ ਕੋਈ। ਤੇ ਬੈਸਟ ਤੁਸੀਂ ਰੇਡਰ ਦੀ ਗੱਲ ਕਰ ਰਹੇ ਹੋ ਨਾ, ਤੇ ਬੈਸਟ ਜਾਫੀ ਕਿਹੜਾ ਤੁਹਾਨੂੰ ਅੱਜ ਤੱਕ ਦਾ ਲੱਗਾ? ਬੈਸਟ ਜਾਫੀ ਜਿਵੇਂ ਹੁਣ ਤਾਂ ਚਲੋ ਮੰਗੀ ਵੀ ਆ ਜੀ ਹੈ ਨਾ ਜੀ, ਤੇ ਕਿਉਂਕਿ ਬਹੁਤ ਸਾਲ ਹੋ ਗਿਆ ਉਹਨੂੰ ਇੱਕੋ ਥਾਂ 'ਤੇ ਖੜ੍ਹਾ ਵਾ ਜੀ, ਅਤੇ ਸਾਡੇ ਵੇਲੇ ਜਿੱਦਾਂ ਹੁਣ ਸਾਡੇ ਪੱਪੂ ਵੀ ਚੂੜ ਚੱਕਦਾ ਵਧੀਆ ਸੀ ਸਟੋਪਰ ਜੀ, ਅਤੇ ਹੁਣ ਤਾਂ ਚਲੋ ਮੁੰਡੇ ਪਾਲਾ ਵੀ ਹੈ, ਜਿਵੇਂ ਜਾਣੀ ਮੇਨ ਇਹ ਆ ਜੀ ਵਧੀਆ ਉਹ ਆ ਜਿਹੜਾ ਲੰਮਾ ਟਾਈਮ ਕੱਢ ਗਿਆ। ਵਾਹ ਬਿਲਕੁਲ, ਕਿਉਂਕਿ ਪਲੇਅਰ ਤਕੜੇ ਹੁੰਦੇ ਆ, ਸਾਲ ਖੇਡਦਾ ਦੋ ਸਾਲ ਖੇਡਦਾ, ਬਾਅਦ 'ਚ ਪਲੇਅਰ ਦਾ ਪਤਾ ਨਹੀਂ ਲੱਗਦਾ, ਪਲੇਅਰ ਤਕੜਾ ਹੋ ਜਾਂਦਾ ਇੱਕ ਥਾਂ 'ਤੇ ਖੜੇ ਰਹਿਣਾ ਬਹੁਤ ਔਖਾ ਜੀ। ਬਹੁਤੇ ਪਲੇਅਰ ਅੱਜ ਕੱਲ੍ਹ ਵੇਖੀਦਾ ਉਹ ਮਤਲਬ ਬਾਲੀਵੁੱਡ ਵਾਲੀਆਂ ਹੀਰੋਇਨਾਂ ਵਰਗੇ ਹੋ ਗਏ, ਮਤਲਬ ਦੋ ਚਾਰ ਫਿਲਮਾਂ 'ਚ ਆਏ ਹਾਂਜੀ, ਬਾਅਦ 'ਚ ਆਉਂਦੇ ਨਹੀਂ, ਜਿੱਦਾਂ ਹੁਣ ਇੱਕ ਥਾਂ 'ਤੇ ਖੜੇ ਰਹਿਣਾ ਵਾ, ਜਿੱਦਾਂ ਹੁਣ ਪਾਲਾ ਵੀ ਆ, ਖੁਸ਼ੀ ਵੀ ਆ, ਬਿੱਟੂ ਦਗਾਲ ਵੀ ਬਹੁਤ ਚਿਰ ਖੜਾ ਰਿਹਾ, ਜਿੱਦਾਂ ਇਹ ਸਾਰੇ ਪਲੇਅਰ ਖੜੇ ਰਹੇ ਆ, ਜਿੱਦਾਂ ਸਾਡੇ ਵੀ ਉਦੋਂ ਗੁੱਕ ਹੋਣੀ ਖੜੇ ਰਹੇ ਆ, ਗੁਲਜ਼ਾਰ ਹੋਣੀ ਵੀ, ਜਾਣੀ ਉਹਨਾਂ ਦਾ ਉਵੇਂ ਫਿਰ ਬੰਦੇ ਦਾ ਬਣਦਾ ਜੀ, ਜਿਵੇਂ ਵੀ ਵਧੀਆ ਵੀ ਜਾਣੀ ਇੱਕ ਸਾਲ ਜਿਵੇਂ ਆਪਾਂ ਕਹਿ ਦਈਏ ਜੀ ਜਾਫੀ ਆਇਆ ਵੀ ਉਹਨੇ ਜੱਫੇ ਬੜੇ ਠੋਕੇ, ਵੀ ਬਾਅਦ 'ਚ ਪਤਾ ਹੀ ਨਹੀਂ ਕਿੱਥੇ ਆ, ਬਿਲਕੁਲ ਵੀ ਉਹ ਨੀਗਾ, ਜਾਣੀ ਲੰਮੇ ਟਾਈਮ ਜਿਹੜਾ ਵਧੀਆ ਖੇਡਦਾ ਆਪਾਂ ਉਹਨੂੰ ਮੰਨਦੇ ਹਾਂ ਵੀ ਹਾਂ ਵੀ ਵੀ ਬੰਦੇ ਨੇ ਕੀਤਾ ਜਿੱਦਾਂ ਲੰਮੀ ਪਾਰੀ, ਲੰਮੀ ਪਾਰੀ। ਸਹੀ ਗੱਲ ਹੈ ਜੀ, ਬਿਲਕੁਲ ਬਿਲਕੁਲ ਤੁਹਾਡੀ ਵਾਜਬ ਗੱਲ ਹੈ, ਥੋੜ੍ਹਾ ਚਿਰ ਤਾਂ ਹਰ ਕੋਈ ਕਰ ਲੈਂਦਾ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੋਨੀ ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਗੱਲਾਂ ਬਾਤਾਂ ਕੀਤੀਆਂ, ਅਤੇ ਜਾਂਦੇ ਜਾਂਦੇ ਜਿਹੜੇ ਜਿਹੜੇ ਵੀ ਵੀਰ ਸਹਿਯੋਗੀ ਸੱਜਣ ਉਹਨਾਂ ਦਾ ਧੰਨਵਾਦ ਜੇ ਤੁਸੀਂ ਕਰਨਾ ਚਾਹੋ, ਇੱਥੇ ਜਿਨ੍ਹਾਂ ਦਾ ਸਹਿਯੋਗ ਰਿਹਾ ਜਾਂ ਇੰਡੀਆ ਦੇ ਵਿੱਚ ਰਿਹਾ ਅਤੇ ਉਹ ਵੀ ਸਾਡੇ ਸਰੋਤੇ ਸੁਣ ਰਹੇ ਨੇ। ਹਾਂਜੀ, ਆਪਣਾ ਜੀ ਸਹਿਯੋਗ ਆਪਣੇ ਘਰਦਿਆਂ ਨੇ ਵੀ ਬਹੁਤ ਦਿੱਤਾ, ਯਾਰਾਂ ਦੋਸਤਾਂ ਨੇ ਵੀ ਬਹੁਤ ਦਿੱਤਾ ਜੀ ਸਾਰਿਆਂ ਨੇ, ਅਤੇ ਇੱਥੇ ਵੀ ਆਪਣਾ ਸਿੰਘ ਸਭਾ ਦੀ ਸਾਰੀ ਆਪਣੀ ਕਮੇਟੀ ਨੇ ਆਪਣਾ ਬਹੁਤ ਸਾਥ ਦਿੱਤਾ, ਆਪਣੇ ਨਾਲ ਖੜ੍ਹਦੇ ਆ ਜੀ ਜਿਵੇਂ ਸਾਰੇ, ਅਤੇ ਆਪਣੇ ਪ੍ਰੋਫੈਸਰ ਅੰਕਲ ਹੋਣੀ ਜਿਵੇਂ ਸੁਰਿੰਦਰ ਮਾਮੇ ਹੋਣੀ, ਗੋਗੀ ਬਾਈ ਹੋਣੀ ਆ, ਪਾਵਲਾ ਸਾਹਿਬ ਹੋਣੀ ਆ, ਗਦਾਵਰ ਬਾਈ ਹੋਣੀ, ਚਾਰਲੀ ਬਾਈ ਹੋਣੀ, ਸਾਰੇ ਜਾਣੀ ਆਪਣਾ ਵਧੀਆ ਉਹਨਾਂ ਨੇ ਸਾਥ ਦਿੱਤਾ ਜਦੋਂ ਆਪਾਂ ਇੱਥੇ ਆਏ ਹਾਂ ਜੀ ਜਿੱਦਾਂ, ਅਤੇ ਸੁਰਜੀਤ ਬਾਈ ਹੋਣੀ ਆ, ਜਾਣੀ ਪਾਲ ਮਾਮਾ ਜੀ ਹੋਣੀ ਸਾਡੇ, ਉਹਨਾਂ ਨੇ ਸਾਨੂੰ ਕੰਮ ਕਾਰ 'ਚ ਬੜੀ ਹੈਲਪ ਕੀਤੀ ਜਦੋਂ ਆਏ ਹਾਂ ਜੀ, ਜਦੋਂ ਉਹਨਾਂ ਨਾਲ ਮੈਂ ਕੰਮ ਵੀ ਫਾਰਮ 'ਚ ਬਹੁਤ ਸਾਲ ਕੀਤਾ ਜੀ ਨਾਲ। ਅੱਛਾ ਜੀ। ਹਾਂਜੀ, ਸ਼ਾਮ ਨੂੰ ਵਿੱਚ ਦੀ ਟਰੱਕ ਵੀ ਚਲਾ ਦੇਣਾ ਸ਼ਾਮ ਨੂੰ ਜੀ, ਮਰੀਕ ਭਾਅ ਜੀ ਹੋਣੀ ਉਹਨਾਂ ਦੇ, ਹਾਂਜੀ ਜਾਣੀ ਉਹ ਸਾਰਿਆਂ ਦਾ ਜਾਣੀ ਸਹਿਯੋਗ ਜੀ ਬਹੁਤ ਬੰਦਿਆਂ ਦਾ, ਜਿਹਨੇ ਵੀ ਆਪਾਂ ਨੂੰ ਮਿਲਿਆ ਜੀ ਉਹਨਾਂ ਨੇ ਆਪਣਾ ਵਧੀਆ ਕੀਤਾ, ਜਾਣੀ ਜਿਹੜੇ ਟਾਈਮ ਜਿਹੜਾ ਬੰਦਾ ਵੀ ਮਿਲੀ ਗਿਆ ਉਹ ਆਪਣਾ ਜਾਣੀ ਵਧੀਆ ਕਰੀ ਗਏ ਸਾਰੇ। ਤੇਜੀ ਬਾਈ ਦੇ ਕਰਕੇ ਆਪਾਂ ਪਹਿਲਾਂ ਸਿੰਘ ਸਭਾ ਨਾਲ ਜੁਆਇਨ ਹੋਏ ਸੀਗੇ ਜੀ, ਵਾਹ, ਤੇ 10 ਸਾਲ ਪਹਿਲਾਂ ਤੇਜੀ ਬਾਈ ਕਹਿੰਦਾ ਆਪਾਂ ਸਿੰਘ ਸਭਾ ਲਈ ਖੇਡਣਾ, ਮੈਂ ਜੀ ਚੱਕਰੀ ਕੋਈ ਨਹੀਂ ਜੀ, ਬਾਅਦ 'ਚ ਹੋਰ ਕਲੱਬਾਂ ਵਾਲਿਆਂ ਨੇ ਵੀ ਮੇਰੇ ਅਪਰੋਚ ਕੀਤੀ, ਮੈਂ ਕਿਹਾ ਨਹੀਂ ਜੀ ਹੁਣ ਤਾਂ ਵੀ ਗੱਲ ਹੋ ਗਈ, ਤੇ ਪਹਿਲਾਂ ਤੇਜੀ ਬਾਈ ਵੀ ਕਹਿੰਦਾ ਹੁੰਦਾ ਸੀ ਕਹਿੰਦਾ ਆਪਾਂ ਘੱਟ ਜਾਈਦਾ ਕਲੱਬ 'ਚ, ਹਾਂਜੀ, ਤੇ ਬਾਅਦ 'ਚ ਉਹ ਮੇਰੇ ਕਰਕੇ ਉਹ ਵੀ ਪੂਰਾ ਹੀ ਆਉਣ ਲੱਗ ਗਿਆ, ਜਿੱਦਾਂ ਹੁਣ ਤਾਂ ਜੀ ਹੁਣ ਮੈਂ ਅਜੇ ਵੀ ਬਹੁਤ ਨਾਂ ਰਹਿ ਗਏ ਹੋਣੇ ਆ,
ਵੀ ਜਾਣੀ ਬਹੁਤ ਜ਼ਿਆਦਾ ਬੰਦਿਆਂ ਦਾ ਸਹਿਯੋਗ ਹੈ ਜੀ ਸਾਰਿਆਂ ਦਾ ਜੀ। ਹਾਂਜੀ ਨਹੀਂ ਬਹੁਤ ਵਧੀਆ ਜੀ, ਬਹੁਤ ਵਧੀਆ ਬੰਦੇ ਹੁੰਦੇ ਜਦੋਂ ਬੰਦਾ ਕੁਛ ਚੰਗਾ ਕਰ ਰਿਹਾ ਹੋਵੇ ਤੇ ਫਿਰ ਆਪਣੇ ਨਾਲ ਤੁਹਾਡੇ ਟਾਈਪ ਦੇ ਬੰਦੇ ਜਿਹੜੇ ਆ ਨਾਲ ਫਿਰ ਆਪਣੇ ਆਪ ਹੀ ਜੁੜਨੇ ਸ਼ੁਰੂ ਹੋ ਜਾਂਦੇ ਆ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਹੋ, ਟਾਈਮ ਕੱਢਿਆ, ਬੜੇ ਚਿਰ ਦੀ ਇੱਛਾ ਸੀ ਤੁਹਾਡੇ ਤੁਹਾਡੇ ਬਾਰੇ ਜਾਣਨ ਦੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੀ, ਕਬੱਡੀ ਬਾਰੇ ਪਤਾ ਲਾਉਣ ਦੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਇਸੇ ਤਰ੍ਹਾਂ ਤੁਸੀਂ ਦਿਨ ਰਾਤ ਲੱਗੇ ਰਹੋ, ਕਬੱਡੀ ਦੀ ਸੇਵਾ ਕਰਦੇ ਰਹੋ ਅਤੇ ਦਰਸ਼ਕ ਤੁਹਾਨੂੰ ਦੂਰੋਂ ਦੂਰੋਂ ਵੇਖਣ ਆਉਂਦੇ ਰਹਿਣ, ਚੜ੍ਹਦੀ ਕਲਾ 'ਚ ਰਹੋ। ਥੈਂਕ ਯੂ ਜੀ ਤੁਹਾਡਾ ਵੀ ਸਾਨੂੰ ਇੱਥੇ ਬੁਲਾਉਣ ਦਾ, ਸਾਰੇ ਹਾਂਜੀ ਰੇਡੀਓ ਟੀਮ ਦਾ ਜੀ ਮੈਂ ਧੰਨਵਾਦ ਕਰਦਾ ਜੀ, ਜਿਨ੍ਹਾਂ ਨੇ ਸਾਨੂੰ ਇੱਥੇ ਆ ਕੇ ਇੰਟਰਵਿਊ ਕਰਨ ਦਾ ਮੌਕਾ ਦਿੱਤਾ, ਸਾਰਿਆਂ ਦਾ ਮੈਂ ਧੰਨਵਾਦ ਕਰਦਾ, ਦਰਸ਼ਕਾਂ ਦਾ ਸਾਰਿਆਂ ਦਾ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸ਼ੁਕਰੀਆ ਸ਼ੁਕਰੀਆ ਭਲਵਾਨ ਜੀ। ਇਸੇ ਤਰ੍ਹਾਂ ਤੁਸੀਂ ਆਸਟ੍ਰੇਲੀਆ ਦੇ ਮੈਦਾਨਾਂ ਦੇ ਉੱਤੇ ਛਾਉਂਦੇ ਰਹੋ ਅਤੇ ਮਨੋਰੰਜਨ ਕਰਦੇ ਰਹੋ, ਪੰਜਾਬੀ ਸਾਡੀ ਮਾਂ ਖੇਡ ਕਬੱਡੀ ਦੀ ਸੇਵਾ ਤੁਸੀਂ ਇਸੇ ਤਰ੍ਹਾਂ ਕਰਦੇ ਰਹੋ। ਬਹੁਤ ਬਹੁਤ ਸ਼ੁਕਰੀਆ, ਲੈਂਦੇ ਹੁਣ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਵੱਸਦੇ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674। ਜਾਂਦੇ ਜਾਂਦੇ ਮੈਂ ਇੱਕ ਵਾਰੀ ਫਿਰ ਤੋਂ ਦੱਸਦੇ ਹਾਂ ਜੀ, ਇਸ ਟਾਈਮ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਹੋਣੇ ਹੁਣੇ ਕਰਕੇ ਹਟੇ ਹਾਂ, ਹਰਪ੍ਰੀਤ ਸਿੰਘ ਸਿੱਧੂ, ਹੁਣ ਨਾਂ ਇਹਨਾਂ ਦਾ ਪੂਰਾ ਵੀ ਤੁਸੀਂ ਯਾਦ ਕਰ ਲਓ ਅਤੇ ਇਹਨਾਂ ਦਾ ਗਰਾਊਂਡ ਵਾਲਾ ਨਾਂ ਹੈ ਜੀ ਸੋਨੀ ਕੌਂਕੇ। ਸੋ ਇਸ ਟਾਈਮ ਸਿੰਘ ਸਭਾ ਸਪੋਰਟਸ ਕਲੱਬ ਦੀ ਟੀਮ ਵੱਲੋਂ ਖੇਡਦੇ ਨੇ, ਕੈਪਟਨ ਨੇ ਅਤੇ ਬੜਾ ਇੱਕ ਧੜੱਲੇਦਾਰ ਇੱਕ ਰੇਡਰ ਦੇ ਵਜੋਂ ਇਹਨਾਂ ਨੇ ਆਪਣਾ ਨਾਮ ਨਾ ਖੱਟਿਆ ਵਾ ਆਸਟ੍ਰੇਲੀਆ ਵਾਈਡ, ਇਕੱਲਾ ਆਸਟ੍ਰੇਲੀਆ 'ਚ ਨਹੀਂ ਦੁਨੀਆ ਭਰ ਦੇ ਵਿੱਚ ਇਹਨਾਂ ਦਾ ਨਾਂ ਗੂੰਜਦਾ। ਸੋ ਇਹਨਾਂ ਦੇ ਨਾਲ ਆਪਾਂ ਗੱਲਬਾਤ ਹੁਣੇ ਕਰਕੇ ਹਟੇ ਹਾਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਇੰਨੇ ਪੇਸ਼ੈਂਟ ਦੇ ਲਈ, ਇੰਨਾ ਪਿਆਰ ਦਿੱਤਾ, ਤੁਸੀਂ ਗੱਲਾਂ ਬਾਤਾਂ ਸੁਣੀਆਂ। ਸੋ ਆਪਣੇ ਪਸੰਦੀਦਾ ਪਲੇਅਰ ਦੀਆਂ ਗੱਲਾਂ ਬਾਤਾਂ, ਉਹਦੇ ਜੀਵਨ ਦੇ ਬਾਰੇ ਕੁਛ ਝਾਤ ਤੁਸੀਂ ਸੁਣ ਸਕਦੇ ਜੀ ਇਸ ਇੰਟਰਵਿਊ ਦੇ ਵਿੱਚ। ਦਿਓ ਇਜਾਜ਼ਤ, ਫਿਰ ਹਾਜ਼ਰ ਹੋਵਾਂਗੇ ਨਵੇਂ ਹੋਰ ਜਿਹੜੇ ਨਾਮਵਾਰ ਪਲੇਅਰ ਨੇ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਤੁਹਾਡੀਆਂ ਆਉਣ ਵਾਲੇ ਦਿਨਾਂ 'ਚ ਕਰਾਉਂਦੇ ਰਹਾਂਗੇ। ਹੱਸਦੇ ਵੱਸਦੇ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM। ਰਣਜੋਤ ਸਿੰਘ ਸਾਈਨਿੰਗ ਆਫ।